ਬਾਬਾ ਮਿਹਰ ਕਰੇ ਮੇਰੇ ਵੀਰੋ। ਇਹ ਖਿਡਾਰੀ ਹੱਸਦੇ ਖੇਡਦੇ, ਕਿਉਂਕਿ ਕਬੱਡੀ ਦਾ ਖਿਡਾਰੀ ਬਣਨਾ ਵੱਡੀ ਗੱਲ ਹੈ, ਵੱਡੀ ਮਿਹਨਤ ਕਰਨੀ ਪੈਂਦੀ ਹੈ, ਦਿਨ ਰਾਤ ਇੱਕ ਕਰਨੀ ਪੈਂਦੀ ਹੈ ਕਿ ਲੜ ਲੱਗ ਗੁਰੂ ਦੇ ਦਾਅ ਵਿੱਚ ਸਿੱਖਣੇ ਪੈਂਦੇ ਨੇ, ਰਹਿਣਾ ਪੈਂਦਾ ਉਹਨਾਂ ਸੂਲਾਂ ਦੇ ਵਿੱਚ ਜਿਹੜੇ ਕੋਚ ਉਹ ਕਹਿੰਦੇ ਨੇ। ਜ਼ਰੂਰੀ ਹੈ ਖਿਡਾਰੀ ਲਈ ਨਿਮਰਤਾ ਤੇ ਪਿਆਰ ਮਿੱਤਰੋ, ਬਣਨਾ ਸੌਖਾ ਨਹੀਂ ਕਬੱਡੀ ਦਾ ਸਟਾਰ ਮਿੱਤਰੋ, ਬਣਨਾ ਸੌਖਾ ਨਹੀਂ ਕਬੱਡੀ ਦਾ ਸਟਾਰ ਮਿੱਤਰੋ। ਕਬੱਡੀ ਦੇ ਸਟਾਰ ਬਣਨਾ ਬਹੁਤ ਵੱਡੀ ਗੱਲ ਹੈ, ਪਰ ਜਦੋਂ ਕਿਸੇ ਖਿਡਾਰੀ ਦੇ ਸੱਟ ਲੱਗ ਜਾਂਦੀ ਹੈ ਤੇ ਮੇਰੇ ਵੀਰੋ ਉਹ ਕੈਰੀਅਰ ਜਿਹੜਾ ਉਹ ਖਤਮ ਹੋਣ ਵਾਲੀ ਗੱਲ ਹੋ ਜਾਂਦੀ ਹੈ। ਵਾਹਿਗੁਰੂ ਮਿਹਰ ਕਰੇ ਕਿਸੇ ਵੀ ਖਿਡਾਰੀ ਦੇ ਸੱਟ ਨਾ ਲੱਗੇ। ਮੇਰੀ ਬੇਨਤੀ, ਆਪਾਂ ਥੋੜਾ ਸਾਈਡ ਤੇ ਲੈ ਆਈਏ ਕਬੱਡੀ ਦੇ ਖਿਡਾਰੀ ਨੂੰ। ਲੈ ਵੀ ਜਾਲ, ਆਪਾਂ ਥੋੜਾ ਸਾਈਡ ਤੇ ਲੈ ਜਾਈਏ ਲਾਡੀ ਨੂੰ। ਲਾਡੀ ਕਬੱਡੀ ਦਾ ਸਟਾਰ ਹੈ, ਕਿਉਂਕਿ ਬੜਾ ਲੰਬਾ ਤਜਰਬਾ ਇਸ ਨੌਜਵਾਨ ਦਾ ਵੀ ਖੇਡ ਕਬੱਡੀ ਦਾ। ਲਾਡੀ ਵਿਜੋਲੇ ਵਾਲਾ, ਉਧਰ ਨੌਜਵਾਨ ਜਾਲ ਰਮੀਤੀ ਵਾਲਾ, ਤੇ ਪਿੱਛੇ ਕਹਿੰਦੇ ਜੀਤਾ ਠੇਕੇਦਾਰ ਵੀ ਪੁੱਜਿਆ ਹੋਇਆ ਹੈ, ਨੌਜਵਾਨ ਨੇਕੇ ਕਾਂਜਲੀ ਵਰਗੇ। ਇਧਰ ਨਿੱਪਾ ਨਲ ਮਾਣਕਾਂ ਦਾ, ਸੋਨੂੰ ਇਬਰਾਹਿਮ ਵਾਲ ਦਾ, ਚਾਹੇ ਖਿਡਾਰੀ ਨਹੀਂ ਖੇਡ ਰਹੇ ਪਰ ਕਹਿੰਦੇ ਇਸ ਇਲਾਕੇ ਦੇ ਬਾਬਾ ਜੀ ਦੇ ਨਾਲ ਮੇਰੇ ਵੀਰੋ ਇਸ ਇਲਾਕੇ ਦੇ ਸਾਰੇ ਕਬੱਡੀ ਦੇ ਖਿਡਾਰੀਆਂ ਦਾ ਬੜਾ ਪਿਆਰ ਹੈ। ਬਾਬਾ ਤਰਲੋਕ ਸਿੰਘ ਜੀ ਦੀ ਅਪਾਰ ਕਿਰਪਾ ਮੇਰੇ ਵੀਰੋ, ਬਹੁਤ ਵੱਡੇ ਆਸ਼ੀਰਵਾਦ ਨੇ। ਵੱਡਿਆਂ ਦੇ ਆਸ਼ੀਰਵਾਦ ਹੀ ਮੇਰੇ ਵੀਰੋ ਕਾਫੀ ਹੁੰਦੇ ਹੈ। ਲਓ ਤਲਵੰਡੀ ਚੌਧਰੀਆਂ ਦਾ ਹੀਰਾ ਲਾ ਲਓ, ਇਸ ਨੌਜਵਾਨ ਨੇ 2013 ਦੇ ਵਿੱਚ ਬੱਲੇ ਬੱਲੇ ਕਰਵਾਈ, ਗਰਮੀਆਂ ਦੇ ਸੀਜ਼ਨ ਦੇ ਵਿੱਚ ਲਾਭ ਹੀਰੇ ਨੇ ਗੱਲ ਕੀਤੀ ਕਬੱਡੀ ਦਾ, ਕਹਿੰਦੇ ਪਹਿਲਾ ਗੀਤ ਲਾਭ ਹੀਰੇ ਨੇ ਗਾਇਆ, ਤੇ ਅੱਜ ਮੇਰੇ ਵੀਰੋ ਪੂਰੀ ਦੁਨੀਆ ਜਿਹੜੇ ਕਬੱਡੀ ਮੇਰੇ ਵੀਰੋ ਗਾਇਕ ਆਖ ਰਿਹਾ ਵੀ ਅਸੀਂ ਕਬੱਡੀ ਦਾ ਗੀਤ ਗਾਈਏ, ਕੋਈ ਫਿਲਮ ਐਕਟਰ ਆਖ ਰਿਹਾ ਵੀ ਅਸੀਂ ਕਬੱਡੀ ਦੀ ਫਿਲਮ ਕਰੀਏ ਤੇ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੋ ਜਾਈਏ। ਲਓ ਨਿੱਕਾ ਰੱਜੀਆਂ ਨੇ ਪਿੰਡ ਦਾ ਇਸ ਵੇਲੇ ਕਬੱਡੀ ਪਾ ਰਿਹਾ, ਨਿੱਕਾ ਰੱਜੀਆਂ ਨੇ ਪਿੰਡ ਦਾ। ਉਧਰ ਚਾਰ ਜਾਫੀ, ਚਾਰੇ ਕਹਿੰਦੇ ਸਿਰੇ ਦੇ ਜਾਫੀ ਹੈ, ਇੱਕ ਪਾਸੇ ਟਾਈਗਰ ਦੂਸਰੇ ਪਾਸੇ ਲੱਖਾ। ਲਓ ਲੱਖੇ ਦੇ ਨਾਲ ਮੁਕਾਬਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਹੋ ਚੁੱਕਾ ਹੈ, ਬੱਲੇ ਬੱਲੇ ਹੋਈ ਪਈ ਮੇਰੇ ਵੀਰੋ। ਇੱਧਰ ਮੱਲੀ ਸਾਹਿਬ ਦਾ ਫੈਸਲਾ ਹੋ ਚੁੱਕਾ ਹੈ, ਤਰਲੋਕ ਸਿੰਘ ਜੀ ਮੱਲੀ ਤੇ ਪਰਮਜੀਤ ਸਿੰਘ ਜੀ ਸਾਡੇ ਟਿੱਬਾ, ਕਹਿੰਦੇ ਵਰਲਡ ਕੱਪ ਦੇ ਵਿੱਚ ਵੀ ਸੇਵਾਵਾਂ ਦਿੱਤੀਆਂ। ਉਹ ਗੱਭਰੂ ਚੋਟੀ ਦੇ ਰਾਜਾ ਬਾਜ ਤੇ ਤੀਰਥ ਦੀਪਾ, ਹਾੜਾ ਬਚ ਜੋ ਨਸ਼ਿਆਂ ਤੋਂ ਕਾਹਦਾ ਜ਼ਿੰਦਗੀ ਨਾਲ ਸਾਡਾ। ਸ਼ਾਹਕੋਟ ਦਾ ਏਰੀਆ, ਜਿਸ ਏਰੀਏ ਨੇ ਕਹਿੰਦੇ ਬੱਗਿਆਂ ਦਾ ਮੰਗੀ, ਜਿਸ ਏਰੀਏ ਨੇ ਦੁੱਲੇ ਵਰਗੇ, ਭੂਰੇ ਵਰਗੇ, ਮਲਸੀਆਂ ਦੇ ਕੁਲਜੀਤੇ ਵਰਗੇ, ਜਿਸ ਏਰੀਏ ਨੇ ਨੰਗਲ ਅੰਬੀਆਂ ਦੇ ਸੰਦੀਪ ਵਰਗੇ, ਯਾਦ ਕੋਟਲੀ ਵਰਗੇ ਕਬੱਡੀ ਦੇ ਸਟਾਰ ਪੈਦਾ ਕੀਤੇ ਹੈ। ਆਹ ਖਿਡਾਰੀ ਕਹਿੰਦੇ ਸੁੱਖੇ ਦੀ ਟੀਮ ਦਾ ਖਿਡਾਰੀ, ਇਸ ਲਈ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ। ਰਾਜਾ ਦਾਨੇ ਵਾਲੀ ਆ ਮੇਰੇ ਵੀਰੋ, ਰਾਜਾ ਦਾਨੇ ਵਾਲੀ ਆ, ਇਸ ਲਈ ਹਲਕੇ ਹਲਕੇ ਕਦਮਾਂ ਦੇ ਨਾਲ ਪੁਆਇੰਟ ਲੈ ਕੇ ਵਾਪਸ ਗਿਆ। ਸ਼ਿੰਦਾ ਅਗਲੀ ਰੇਡ ਪਾ ਰਿਹਾ ਗਗੜੇ ਵਾਲਾ, ਬਾਰੀ ਖੋਲ ਕੇ ਵਾਹਿਗੁਰੂ ਬੋਲ ਕੇ ਤੂੰ ਸ਼ੀਟ ਉੱਤੇ ਬਹਿ ਜਾ ਬੱਲੀਏ, ਨਵਾਂ ਲੈ ਲਿਆ ਟਰੱਕ ਸ਼ਿੰਦੇ ਯਾਰ ਨੇ ਬਾਬਿਆਂ ਦੇ, ਚੱਲ ਚੱਲੀਏ। ਇੱਕ ਉਹ ਲੋਕ ਗੀਤਾਂ ਵਾਲਾ ਸ਼ਿੰਦਾ, ਇੱਕ ਇਹ ਤੁਹਾਡੇ ਸਾਹਮਣੇ ਸ਼ਿੰਦਾ। ਉਧਰ ਕਹਿੰਦੇ ਮਾਣਕ ਦੀ ਤੇ ਸ਼ਿੰਦੇ ਦੀ ਜਿਹੜੀ ਜੋੜੀ ਮੇਰੇ ਵੀਰੋ, ਭਾਵੇਂ ਗਾਇਕੀ ਦੇ ਵਿੱਚ ਬੜੀ ਮਸ਼ਹੂਰ ਹੋਈ ਪਰ ਆਹ ਖਿਡਾਰੀਆਂ ਦਾ ਨਾਮ ਮੇਰੇ ਵੀਰੋ ਪੂਰੀ ਦੁਨੀਆ ਦੇ ਵਿੱਚ ਹੈ। ਲਓ ਮਾਣਕ ਢਾਲੀਵਾਲ ਦਾ, ਲੈ ਵੀ ਮਾਣਕਾ ਇਹ ਫੋਟੋ ਦੱਸੀ ਨੌਜਵਾਨਾਂ ਕਿਹਦੀ ਖਣਵਾਈ ਆਪਣੇ ਡੌਲੇ ਦੇ ਉੱਤੇ, ਬਹੁਤ ਲੰਬਾ ਸਮਾਂ ਹੋ ਗਿਆ। ਆਪਣੇ ਬਾਪ ਦੀ ਫੋਟੋ ਮੇਰੇ ਵੀਰੋ ਇਸ ਨੌਜਵਾਨ ਨੇ ਖਣਵਾਈ ਹੈ, ਆਪਣੇ ਬਾਪ ਦੀ ਫੋਟੋ ਇਸ ਨੌਜਵਾਨ ਨੇ ਆਪਣੇ ਡੌਲੇ ਦੇ ਉੱਤੇ ਖਣਵਾਈ ਹੈ। ਇਧਰ ਸਾਡਾ ਜੋਧਾ ਵੀਰ, ਉਹ ਵੀ ਕਹਿੰਦੇ ਚੇਚੇ ਤੌਰ ਤੇ ਪੁੱਜਿਆ ਹੋਇਆ ਬਾਬਾ ਹਾਜੀ ਸ਼ਾਹ ਸਪੋਰਟਸ ਕਲੱਬ ਥਿਗਲੀ ਵੱਲੋਂ। ਉਧਰ ਗੋਪੀ ਕਹਿੰਦਾ ਵੀ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਕੀਤੇ ਜਾਣਗੇ। ਇਧਰ ਗੁਰਿੰਦਰ ਢਾਲੀਵਾਲ ਦਾ ਮੇਰੇ ਵੀਰੋ ਇਸ ਲਈ ਕਬੱਡੀ ਪਾ ਰਿਹਾ, ਗੁਰਿੰਦਰ ਢਾਲੀਵਾਲ ਦਾ। ਇੱਕ ਪਾਸੇ ਕਹਿੰਦੇ ਮੁਕਾਬਲਾ ਮੇਰੇ ਵੀਰੋ ਕਿ ਕੋਈ ਮੁੱਲ ਨਹੀਂ ਪੈਂਦਾ ਕਾਰਤੂਸ ਚੱਲੇ ਦਾ, ਖੇਡਾਂ ਵਿੱਚੋਂ ਖੇਡ ਕਬੱਡੀ ਜੱਫਾ ਕੱਲੇ ਕੱਲੇ ਦਾ, ਖੇਡਾਂ ਵਿੱਚੋਂ ਖੇਡ ਕਬੱਡੀ ਜੱਫਾ ਕੱਲੇ ਕੱਲੇ ਦਾ। ਇਹ ਸਰਕਲ ਸਟਾਈਲ ਹੈ, ਨੈਸ਼ਨਲ ਸਟਾਈਲ ਦੇ ਵਿੱਚ ਕਹਿੰਦੇ ਕੱਲੇ ਨੂੰ ਸਾਰੇ ਪੈਂਦੇ ਨੇ। ਲਓ ਇਸ ਵੇਲੇ ਆਪਾਂ ਦੇਖੀਏ ਨੌਜਵਾਨ ਘੋਨੀ, ਤਿੰਨ ਥਾਪੀਆਂ ਮਾਰੀਆਂ ਮੇਰੇ ਵੀਰੇ, ਚਾਰ ਤੇ ਪੰਜ ਥਾਪੀਆਂ, ਥੋੜਾ ਅਗਾਂਹ ਨੂੰ ਵਧਿਆ। ਉਧਰ ਦੇਖਦਾ ਵੀ ਥੋੜੀ ਝਕਾਨੀ ਦਿੱਤੀ ਤੇ ਵੇਖਦਾ ਵੀ ਕੀ ਬਣਦਾ ਮੇਰੇ ਵੀਰੇ, ਖੇਡ ਮੈਦਾਨ ਦੇ ਵਿੱਚ ਸਮਾਂ ਦੱਸੂਗਾ। ਪਈ ਹੋਈ ਰੇਡ ਹੈ, ਇੱਕ ਪਾਸੇ ਟਾਈਗਰ ਤੇ ਦੂਸਰੇ ਪਾਸੇ ਘੋਨੀ। ਸ਼ੂਸ਼ਕ ਪਿੰਡ ਦਾ ਇਸ ਵੇਲੇ ਕਬੱਡੀ ਪਾ ਕੇ ਪਾਉਣ ਲੱਗੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ। ਗੋਪਾਲਪੁਰ ਦਾ ਨੰਨੀ, ਸਾਰਿਆਂ ਦਾ ਚਹੇਤਾ ਕਬੱਡੀ ਦਾ ਸਟਾਰ ਮੇਰੇ ਵੀਰੋ ਇਸ ਵੇਲੇ ਕਬੱਡੀ ਪਾ ਰਿਹਾ। ਇਸ ਨੌਜਵਾਨ ਦੀ ਖੇਡ ਦੀਆਂ ਕਹਿੰਦੇ ਘਰ ਘਰ ਗੱਲਾਂ ਹੋਈਆਂ, ਸਿੱਖੀ ਸਰੂਪ ਦੇ ਵਿੱਚ ਇਹ ਨੌਜਵਾਨ ਕਬੱਡੀ ਦਾ ਸਟਾਰ ਖੇਡਦਾ। ਗੋਪਾਲਪੁਰ ਦਾ ਨੰਨੀ ਐਨ ਟਿਕਿਆ ਹੋਇਆ, ਥੋੜਾ ਝੁਕਿਆ, ਝੁਕਿਆ ਇਸ ਕਰਕੇ ਨਾ ਵੀ ਹੀਨ ਮੰਨ ਗਿਆ, ਝੁਕਿਆ ਇਸ ਕਰਕੇ ਵੀ ਕਿਤੇ ਜਾਫੀ ਲੱਤੀ ਨਾ ਲੱਗ ਜਾਵੇ।
ਦੋ ਕੱਪਾਂ ਦਾ ਕਹਿੰਦੇ ਹੀਰਾ ਬੈਸਟ ਰਿਹਾ ਹੀਰਾ ਤਲਵੰਡੀ ਚੌਧਰੀਆਂ ਵਾਲਾ ਮੇਰੇ ਵੀਰੋ ਉਹ ਵੀ ਇਸ ਵੇਲੇ ਘੁੱਗਸ਼ੋਰ ਦੀ ਟੀਮ ਦੇ ਲਈ ਖੇਡ ਰਿਹਾ ਲਓ ਜਸ ਗਗੜੇ ਵਾਲਾ ਇਸ ਵੇਲੇ ਕਬੱਡੀ ਪਾ ਰਿਹਾ ਜਸ ਗਗੜੇ ਵਾਲਾ ਜਸ ਦੀ ਕਹਿੰਦੇ ਯਾਰੀ ਆ ਫਤਿਹਗੜ੍ਹ ਦੇ ਕਾਕੇ ਦੇ ਨਾਲ ਇੱਧਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਜਸ ਗਗੜੇ ਦੀ ਪਈ ਹੋਈ ਰੇਡ ਉੱਧਰ ਤਰਲੋਕ ਸਿੰਘ ਜੀ ਮੱਲੀ ਫੈਸਲਾ ਕਰਦੇ ਹੋਏ ਵੀ ਜਸ ਗਗੜੇ ਦੇ ਹਿੱਸੇ ਪੁਆਇੰਟ ਮਾਲਵਾ ਕਬੱਡੀ ਕਲੱਬ ਦੇ ਹਿੱਸੇ ਕਿ ਮਾਲਵੇ ਦੁਆਬੇ ਦਾ ਇਹ ਮੈਚ ਮਿੱਤਰੋ ਵੀ ਫਸ ਗਈਆਂ ਕੁੰਡੀਆਂ ਬਾਹਰ ਬੈਠੇ ਲੋਕੀ ਇਹੋ ਗੱਲਾਂ ਕਰਦੇ ਨੇ ਟੀਮਾਂ ਦੋਨੋਂ ਚੰਗੀਆਂ ਕੌਣ ਖਿੱਚੂ ਗਿੱਟੇ ਕੌਣ ਪਾਊਗਾ ਕਬੱਡੀ ਉੱਚ ਝੁੱਕ ਝੁੱਕ ਕੇ ਤੇ ਜਿਹਦੇ ਪੱਤਾਂ ਦੇ ਵਿੱਚ ਜ਼ੋਰ ਮਿੱਤਰੋ ਵੀ ਉਹਨੇ ਜਾਣਾ ਜਿੱਤ ਕੇ ਤੇ ਜਿਹਦੇ ਪੱਤਾਂ ਦੇ ਵਿੱਚ ਜ਼ੋਰ ਮਿੱਤਰੋ ਵੀ ਉਹਨੇ ਜਾਣਾ ਜਿੱਤ ਕੇ ਇੱਕ ਪਾਸੇ ਕਾਲਾ ਗਗੜੇ ਵਾਲਾ ਤੇ ਦੂਸਰੇ ਪਾਸੇ ਹੀਰਾ ਇਹ ਨੌਜਵਾਨ ਦੋ ਮੋਟਰਸਾਈਕਲਾਂ ਦਾ ਜੇਤੂ ਰਿਹਾ ਇਸ ਵੇਲੇ ਕਬੱਡੀ ਪਾ ਕੇ ਪੜ ਲੈ ਕੇ ਵਾਪਸ ਜਾਂਦਾ ਹੋਇਆ ਬੂਟਾ ਖੋਸਿਆਂ ਵਾਲਾ ਇਸ ਵੇਲੇ ਕਬੱਡੀ ਪਾ ਰਿਹਾ ਮੇਰੇ ਵੀਰੋ ਖੋਸੇ ਰਣਧੀਰ ਪਿੰਡ ਹੈ ਸਨਾਉਜਨ ਦਾ ਉਧਰ ਅਮਨ ਅਮਨ ਨੂੰ ਵੱਡਾ ਤਜਰਬਾ ਖੇਡ ਕਬੱਡੀ ਦਾ ਮੇਰੇ ਵੀਰੋ ਅਮਨ ਪੱਤੜ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਇਸ ਵੇਲੇ ਲਾਹ ਤਗੜਾ ਜੱਫਾ ਆਪਣੀ ਟੀਮ ਦੇ ਲਈ ਇੱਕ ਲੱਖਾਂ ਜੇ ਪੁਆਇੰਟ ਦਾ ਵਾਧਾ ਕਰਦਾ ਹੋਇਆ ਅਮਨ ਪੱਤੜ ਮੇਰੇ ਵੀਰੋ ਇਹ ਨੌਜਵਾਨ ਜਦ 2012 ਦੇ ਵਿੱਚ ਅਸੀਂ ਕੈਨੇਡਾ ਗਏ ਹੈ ਤੇ ਇੰਗਲੈਂਡ ਤੋਂ ਮੇਰੇ ਵੀਰੋ ਨੱਲ ਮਾਨਕਾ ਵਾਲੇ ਨੇਪੇ ਦੇ ਨਾਲ ਕੈਨੇਡਾ ਦਾ ਕੱਪ ਖੇਡਣ ਦੇ ਲਈ ਪੁੱਜਿਆ ਇਹ ਆ ਰਾਜਾ ਦਾਨੇ ਵਾਲੀਆ ਇਹ ਸਾਲ ਵੀ ਵਰਲਡ ਕੱਪ ਖੇਡਿਆ ਕੈਨੇਡਾ ਦਾ ਬਾਬਾ ਮੇਹਰ ਕਰੇ ਇਹ ਸਾਲ ਵੀ ਇਹ ਨੌਜਵਾਨ ਮੇਰੇ ਵੀਰੋ ਜ਼ਰੂਰ ਖੇਡੇ ਲਓ ਰਾਜਾ ਦਾਨੇਵਾਲ ਦਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਉਧਰ ਕਸਵਾਣੀਆਂ ਦੇ ਨਾਲ ਮੁਕਾਬਲਾ ਹੋ ਚੁੱਕਿਆ ਹੈ ਤੇ ਰਾਜਾ ਦਾਨੇਵਾਲ ਦਾ ਹਲਕਾ ਜਿਹਾ ਟੱਚ ਕਰਕੇ ਕਿ ਨਾਲ ਨਾਲ ਮੈਂ ਤੁਰਾਂ ਨਾਲ ਤੁਰੇ ਪਰਛਾਵਾਂ ਨੀ ਜਿੰਦੇ ਮੇਰੀਏ ਨਾਲ ਤੁਰੇ ਪਰਛਾਵਾਂ ਨੀ ਜਿੰਦੇ ਮੇਰੀਏ ਆ ਖਿਡਾਰੀ ਦੇ ਬਾਪ ਨੇ ਕਹਿੰਦੇ ਬਹੁਤ ਤਕੜੀ ਕਬੱਡੀ ਖੇਡੀ ਹੈ ਗਗੜੇ ਵਾਲੇ ਧੰਨੇ ਦਾ ਪੁੱਤਰ ਮੇਰੇ ਵੀਰੋ ਕਾਲੀ ਗਗੜੇ ਵਾਲਾ ਇਸ ਵੇਲੇ ਕਬੱਡੀ ਪਾ ਰਿਹਾ ਉਧਰ ਮਾਨਕ ਦੇ ਨਾਲ ਮੁਕਾਬਲਾ ਹੋ ਚੁੱਕਾ ਹੈ ਕਿ ਮਾਨਕ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਪਿੰਡ ਦੀਆਂ ਗਲੀਆਂ ਦੀ ਯਾਦ ਬਾਈ ਅਗਲਾ ਜਿਹੜਾ ਮੈਚ ਹੈ ਬਾਬਾ ਨਾਮਦੇਵ ਕਲੱਬ ਘੁਮਾਣ ਬਾਬਾ ਮਰਾਜ ਸ਼ਾਹ ਕਬੱਡੀ ਕਲੱਬ ਨਕੋਦਰ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਬਾਬਾ ਨਾਮਦੇਵ ਕਬੱਡੀ ਕਲੱਬ ਘੁਮਾਣ ਤੇ ਬਾਬਾ ਮਰਾਜ ਸ਼ਾਹ ਕਬੱਡੀ ਕਲੱਬ ਨਕੋਦਰ ਇਹ ਦੋਨੋਂ ਟੀਮਾਂ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆਉਣ ਬਾਬਾ ਨਾਮਦੇਵ ਕਬੱਡੀ ਕਲੱਬ ਘੁਮਾਣ ਤੇ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ ਦੀਆਂ ਟੀਮਾਂ ਦੇ ਦਰਮਿਆਨ ਇਸ ਤੋਂ ਅਗਲਾ ਮੁਕਾਬਲਾ ਜਿਹੜਾ ਇਸ ਖੇਡ ਮੈਦਾਨ ਦੇ ਵਿੱਚ ਖੇਡਿਆ ਜਾਵੇਗਾ ਲਓ ਨਿੱਕਾ ਅਗਲੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਨਿੱਕਾ ਕਿ ਹੈ ਮਜ਼ਬੂਤ ਇਰਾਦੇ ਜਿਨ੍ਹਾਂ ਦੇ ਵਾਂਗ ਚਟਾਨਾਂ ਦੇ ਬਦਲ ਦਿੰਦੇ ਹੋ ਰੁੱਖ ਵਗਦੇ ਤੇਜ਼ ਤੂਫਾਨਾਂ ਦੇ ਫਿਰ ਪੁੱਛਦੇ ਨੇ ਸਰਨਾਵੇਂ ਲੋਕੀ ਬੱਬਰ ਸ਼ੇਰਾਂ ਦੇ ਹੁੰਦੇ ਦੁਨੀਆਂ ਉੱਤੇ ਚਰਚੇ ਲੋਕੋ ਮਰਦ ਦਲੇਰਾਂ ਦੇ ਹੁੰਦੇ ਦੁਨੀਆਂ ਉੱਤੇ ਚਰਚੇ ਲੋਕੋ ਮਰਦ ਦਲੇਰਾਂ ਦੇ ਲਓ ਅਮਨ ਪੱਤੜ ਨੇ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਇੱਕ ਪੁਆਇੰਟ ਦਾ ਹੋਰ ਵਾਧਾ ਕਰ ਦਿੱਤਾ ਬਾਬਾ ਨਾਮਦੇਵ ਕਬੱਡੀ ਕਲੱਬ ਘੁਮਾਣ ਬਾਬਾ ਵਿਧੀ ਚੰਦ ਸਪੋਰਟਸ ਕਲੱਬ ਸੁਰ ਸਿੰਘ ਬਾਬਾ ਸੁਰ ਸਿੰਘ ਦਾ ਕਹਿੰਦੇ ਆਪਣੀ ਟੀਮ ਨੂੰ ਲੈ ਕੇ ਪੁੱਜਿਆ ਜਿਸ ਟੀਮ ਦੇ ਲਈ ਦੁਨੀਆਂ ਦੇ ਸਟਾਰ ਖੇਡਦੇ ਆ ਫਰੰਦੀਪੁਰ ਦਾ ਗੋਪੀ ਨਹੀਂ ਪੁੱਜ ਸਕਿਆ ਕਿਉਂਕਿ ਥੋੜੀ ਸੱਟ ਲੱਗਣ ਕਾਰਨ ਮੇਰੇ ਵੀਰੋ ਖਿਡਾਰੀ ਥੋੜਾ ਇਸ ਗਰਾਊਂਡ ਤੋਂ ਦੂਰ ਹੈ ਔਰ ਦੂਸਰੇ ਪਾਸੇ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਦੀ ਟੀਮ ਨੂੰ ਮੇਰੀ ਬੇਨਤੀ ਵੀ ਉਹ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਏ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਦਾ ਮੈਚ ਖੇਡਿਆ ਜਾਵੇਗਾ ਹਾਫ ਟਾਈਮ ਹੋ ਚੁੱਕਿਆ ਮੱਲੀ ਸਾਹਿਬ ਹਾਫ ਟਾਈਮ ਤੱਕ ਦੇ ਸਕੋਰ ਆਪਾਂ ਸਾਰੀ ਸੰਗਤ ਦੇ ਨਾਲ ਸਾਂਝੇ ਕਰਾਂਗੇ ਇੱਧਰ ਜੀ ਹੈਲੋ ਹਾਂਜੀ ਹਾਫ ਟਾਈਮ ਤੱਕ ਇੱਕ ਤਰਫਾ ਮੁਕਾਬਲਾ ਜਾਂਦਾ ਆ ਬਾਬਾ ਫਤਿਹ ਸਿੰਘ ਘੁੱਗਸ਼ੋਰ ਕਲੱਬ ਇਹਨਾਂ ਦੇ ਨੇ 18.5 ਪੁਆਇੰਟ ਤੇ ਦੂਜੇ ਪਾਸੇ ਜਿਹੜੀ ਟੀਮ ਹੈ ਮਾਲਵਾ ਕਬੱਡੀ ਕਲੱਬ ਮੋਗਾ ਪੱਛੜਦੀ ਹੋਈ 6.5 ਔਰ 18.5 ਦਾ ਮੁਕਾਬਲਾ ਬਿਲਕੁਲ ਇੱਕ ਤਰਫਾ ਮੁਕਾਬਲਾ ਘੁੱਗਸ਼ੋਰ ਦੀ ਟੀਮ ਦੇ ਪੁਆਇੰਟ ਨੇ 18.5 ਤੇ 6 ਪੁਆਇੰਟ ਨੇ ਇਸ ਲਈ ਮਾਲਵਾ ਕਬੱਡੀ ਕਲੱਬ ਮੋਗਾ ਦੀ ਇੱਧਰ ਸੂਬੇਦਾਰ ਜੋਗਾ ਸਿੰਘ ਜੀ ਜੋ ਕਹਿੰਦੇ ਮਹਾਨ ਕਬੱਡੀ ਖਿਡਾਰੀ
ਪਾਉ ਮੰਗੇ ਵਾਲੀ ਦੇ ਫਾਦਰ ਸਾਹਿਬ ਸਾਡੇ ਦਰਮਿਆਨ ਅਚੇਚੇ ਤੌਰ ਤੇ ਪੁੱਜੇ ਹੈ ਵੱਡਾ ਮਾਣ ਵੀ ਕਰਦੇ ਨੇ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਤੇ ਨਾਲ ਕਹਿੰਦੇ ਧੰਨਵਾਦ ਵੀ ਕਰਦੇ ਹਾਂ ਅਸੀਂ ਬਾਬਾ ਤਰਲੋਕ ਸਿੰਘ ਜੀ ਦਾ ਕਰਨਲ ਰਾਜਾ ਜੀ ਦਾ ਤੇ ਸੁਖੇ ਘੁੱਗਸ਼ੋਰੀਏ ਦਾ ਜਿਨ੍ਹਾਂ ਦੀ ਬਦੌਲਤ ਅੱਜ ਕੱਲ੍ਹ ਤਾਊ ਮੰਗੇ ਵਾਲੀ ਆ ਨਿਊਜ਼ੀਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਮੇਰੇ ਵੀਰੋ ਆਪਣੇ ਜੱਫਿਆਂ ਦੇ ਯਾਰ ਦਿਖਾ ਰਿਹਾ ਇੱਧਰ ਨੌਜਵਾਨ ਕਹਿੰਦੇ ਸੋਨੂ ਇਬਰਾਹਿਮ ਵਾਲ ਦਾ ਕਬੱਡੀ ਦਾ ਸਟਾਰ ਨੌਜਵਾਨ ਚੇਚੇ ਤੌਰ ਤੇ ਪੁੱਜਿਆ ਹੋਇਆ ਸੋਨੂ ਦੀ ਖੇਡ ਦੀਆਂ ਘਰ ਘਰ ਗੱਲਾਂ ਹੋਈਆਂ ਲਓ ਆਪਾਂ ਦੂਸਰੇ ਆਪ ਦੀ ਖੇਡ ਜੋੜੀਏ ਤਲਵੰਡੀ ਚੌਧਰੀਆਂ ਵਾਲਾ ਹੀਰਾ ਇਸ ਲਈ ਕਬੱਡੀ ਪਾ ਰਿਹਾ ਮੇਰੇ ਵੀਰੋ ਤਲਵੰਡੀ ਚੌਧਰੀਆਂ ਦਾ ਹੀਰਾ ਇੱਕ ਪਾਸੇ ਗਿੰਦਰ ਤੇ ਦੂਸਰੇ ਪਾਸੇ ਆਪਾਂ ਵੇਖੀਏ ਕਾਲੇ ਦੇ ਨਾਲ ਮੁਕਾਬਲਾ ਤੇ ਪੁਆਇੰਟ ਤਲਵੰਡੀ ਚੌਧਰੀਆਂ ਵਾਲੇ ਹੀਰੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਭਾਜੀ ਸਾਈਡ ਤੇ ਚੇਂਜ ਕੀਤੀ ਸਾਈਡਾਂ ਚੇਂਜ ਹੋ ਚੁੱਕੀਆਂ ਜੀ ਫੈਕਟਰੀ ਵਾਲੀ ਸਾਈਡ ਮਾਲਵਾ ਕਬੱਡੀ ਕਲੱਬ ਮੋਗੇ ਦੀ ਸੌਰੀ ਘੁੱਗਸ਼ੋਰ ਦੀ ਟੀਮ ਫੈਕਟਰੀ ਵਾਲੀ ਸਾਈਡ ਪਹੁੰਚ ਚੁੱਕੀ ਹੈ ਔਰ ਦੂਸਰੇ ਪਾਸੇ ਖੱਬੇ ਹੱਥ ਜੋ ਟੀਮ ਹੈ ਉਹ ਮਾਲਵਾ ਕਬੱਡੀ ਕਲੱਬ ਮੋਗੇ ਦੀ ਟੀਮ ਪਹੁੰਚ ਚੁੱਕੀ ਹੈ ਘੋਨੀ ਸ਼ੂਸ਼ਕ ਪਿੰਡ ਦਾ ਇਸ ਵੇਲੇ ਕਬੱਡੀ ਪਾ ਰਿਹਾ ਹੈ ਇੱਕ ਰਾਣੀਵਾਲ ਦਾ ਘੋਨੀ ਇੱਕ ਆਹ ਤੁਹਾਡੇ ਸਾਹਮਣੇ ਮੇਰੇ ਵੀਰੋ ਸ਼ੂਸ਼ਕ ਦਾ ਇਸ ਵੇਲੇ ਕਬੱਡੀ ਪਾਉਂਦਾ ਹੋਇਆ ਉਧਰ ਸਾਂਦਰਾਂ ਦਾ ਟਾਈਗਰ ਇਸ ਵੇਲੇ ਲਾ ਤਕੜਾ ਜੱਫਾ ਮੇਰੇ ਵੀਰੋ ਕਿ ਪਿੰਡੇ ਲਿਸ਼ਕਣ ਮੁੰਡਿਆਂ ਦੇ ਜਵਾਨੀ ਉੱਡ ਜੂ ਕਰਦੀ ਜਾਂ ਫਿਰ ਜਿਵੇਂ ਝਪਟ ਹੈ ਚੀਤੇ ਦੀ ਰੇਡ ਵਾਂਗ ਹਿਰਨ ਉਡਾਰੀ ਭਰਦੀ ਰੇਡ ਵਾਂਗ ਹਿਰਨ ਉਡਾਰੀ ਭਰਦੀ ਅੱਜ ਕਹਿੰਦੇ ਜਾਫੀ ਮੇਰੇ ਵੀਰੋ ਚੀਤੇ ਵਾਂਗੂ ਝਪਟਾ ਮਾਰ ਰਿਹਾ ਹੈ ਲੋ ਰਾਜਾ ਤਾਕਵਾਰ ਦਾ ਕਿ ਮਿਹਰਦੀਨਾ ਜੀ ਰੱਬ ਦੀ ਨਜ਼ਰ ਹੋਵੇ ਬੰਦਾ ਆਣ ਕੇ ਫਿਰ ਭਲਵਾਨ ਬਣਦਾ ਮਿਹਰਦੀਨਾ ਜੀ ਰੱਬ ਦੀ ਨਜ਼ਰ ਹੋਵੇ ਬੰਦਾ ਆਣ ਕੇ ਫਿਰ ਭਲਵਾਨ ਬਣਦਾ ਪਹਿਲਵਾਨਾਂ ਦੇ ਏਰੀਏ ਦਾ ਕਬੱਡੀ ਦੇ ਸਟਾਰਾਂ ਦੇ ਏਰੀਏ ਦਾ ਦਾਨੇਵਾਲ ਪਿੰਡ ਦਾ ਇਸ ਵੇਲੇ ਰਾਜਾ ਕਬੱਡੀ ਪਾਉਂਦਾ ਹੋਇਆ ਮੇਰੇ ਵੀਰੋ ਰਾਜਾ ਦਾਨੇਵਾਲੀਆ ਉਧਰ ਚਾਰ ਜਾਫੀ ਮਾਲਵਾ ਕਬੱਡੀ ਕਲੱਬ ਮੋਗੇ ਦੇ ਮੁਕਾਬਲਾ ਹੋ ਚੁੱਕਿਆ ਤੇ ਰਾਜਾ ਇਸ ਵੇਲੇ ਲੱਖਾਂ ਜਾਂ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੁੜਦਾ ਹੋਇਆ ਲਾਲ ਸੁਰਖ ਰੰਗ ਇਸ ਨੌਜਵਾਨ ਦਾ ਮੇਰੇ ਵੀਰਿਓ ਤਜਰਬਾ ਇਸ ਨੌਜਵਾਨ ਨੂੰ ਕਬੱਡੀ ਦਾ ਕਿਉਂਕਿ ਲੰਬਾ ਸਮਾਂ ਹੋਇਆ ਕਬੱਡੀ ਖੇਡਦੇ ਨੂੰ ਜਸ ਗਗੜੇ ਵਾਲਾ ਇਸ ਵੇਲੇ ਕਬੱਡੀ ਪਾ ਰਿਹਾ ਕੈਨੇਡਾ ਦੀ ਅੰਬੈਸੀ ਨੇ 5 ਸਾਲ ਦਾ ਵੀਜ਼ਾ ਦਿੱਤਾ ਹੈ ਉਧਰ ਵੇਖਦਾ ਵੀ ਟਾਈਗਰ ਦੇ ਨਾਲ ਮੁਕਾਬਲਾ ਹੋ ਚੁੱਕਿਆ ਇੱਕ ਪਾਸੇ ਟਾਈਗਰ ਤੇ ਦੂਸਰੇ ਪਾਸੇ ਜਸ ਗਗੜਾ ਆਹ ਵੇਖੋ ਮੇਰੇ ਵੀਰਿਓ ਮੁਕਾਬਲਾ ਸਖ਼ਤ ਜੇ ਜੱਫਾ ਲਾ ਗਿਆ ਦਰਸ਼ਕ ਤਾੜੀਆਂ ਮਾਰਨਗੇ ਲਓ ਵੱਜੀਆਂ ਤਾੜੀਆਂ ਮੇਰੇ ਵੀਰਿਓ ਇਸ ਵੇਲੇ ਪੁਆਇੰਟ ਕਿ ਤਾੜੀਆਂ ਜਦੋਂ ਵੀ ਵੱਜਦੀਆਂ ਨੇ ਪਤਾ ਲੱਗਦਾ ਲੋਕਾਂ ਦੇ ਮਨ ਨੂੰ ਲੱਗਿਆ ਦਾ ਤੇ ਦੁਨੀਆ ਪੁੱਜਦੀ ਯੋਧਿਆਂ ਨੂੰ ਤੇ ਕੋਈ ਨਾਂ ਨਹੀਂ ਲੈਂਦਾ ਭੱਜਿਆਂ ਦਾ ਇਹ ਸਾਡੇ ਸੀਨੀਅਰ ਕਮੈਂਟੇਟਰ ਮੱਖਣ ਅਲੀ ਜੀ ਗੱਲ ਕਰਦੇ ਹੁੰਦੇ ਮੇਰੇ ਵੀਰੋ ਦਰਸ਼ਕ ਤਾੜੀਆਂ ਮਾਰਦੇ ਆ ਉਧਰ ਸੁਰ ਸਿੰਘ ਦੀ ਟੀਮ ਗਰਾਊਂਡ ਦੇ ਵਿੱਚ ਪਹੁੰਚ ਚੁੱਕੀ ਹੈ ਬਾਬਾ ਮੁਰਾਦ ਸਿੰਘ ਕਬੱਡੀ ਕਲੱਬ ਨਕੋਦਰ ਦੀ ਟੀਮ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜੇ ਸੁਰ ਸਿੰਘ ਦਾ ਕਪਲ ਉਹ ਵੀ ਚੇਚੇ ਤੌਰ ਤੇ ਕਹਿੰਦੇ ਪਹਿਲੇ ਮੈਚ ਦੇ ਵਿੱਚ ਨਾਰਵੇ ਦੀ ਟੀਮ ਦੇ ਲਈ ਖੇਡਿਆ ਨੌਜਵਾਨ ਪੁੱਜਿਆ ਹੋਇਆ ਪਰ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਗੁਰਿੰਦਰ ਇਸ ਵੇਲੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਧਾਲੀਵਾਲ ਮੱਖਣ ਦਾ ਪੇਂਡੂ ਅੱਜ ਦੇਬਾ ਸਾਡਾ ਭਰਾ ਸਾਥੋਂ ਸਦਾ ਲਈ ਵਿਛੜਿਆ ਮੇਰੇ ਉਸ ਨੌਜਵਾਨ ਦੀ ਵੀ ਯਾਦ ਹੈ ਦੇਬੇ ਧਾਲੀਵਾਲ ਦੀ ਆਓ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਅਗਲੀ ਰੇਡ ਇਸ ਵੇਲੇ ਪੈ ਚੁੱਕੀ ਨੌਜਵਾਨ ਗੱਭਰੂ ਦੀ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਦੀ ਟੀਮ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜੇ ਇੱਧਰ ਮੱਖਣ ਮਾਣਕ ਮੇਰੇ ਵੀਰੋ ਮੱਖਣ ਦਾ ਪੇਂਡੂ ਮਾਣਕ ਇਸ ਵੇਲੇ ਕੋਸ਼ਿਸ਼ ਕਰਦਾ ਧਾਲੀਵਾਲ ਦਾ ਮਾਣਕ ਤੇ ਪੁਆਇੰਟ ਰੇਡਰ ਦੇ ਹਿੱਸੇ ਜਾ ਜੁੜਿਆ 11 ਨੰਬਰ ਦੀ ਨਿਕਰ ਪਾਈ ਇਹ ਨੌਜਵਾਨ ਦੀਆਂ ਵੀ ਸਿਫਤਾਂ ਹੋਈਆਂ ਮੇਰੇ ਵੀਰੋ ਨੰਨੀ ਗੋਪਾਲਪੁਰ ਦਾ ਇਸ ਵੇਲੇ ਕਬੱਡੀ ਪਾ ਰਿਹਾ ਨੰਨੀ ਕਹਿੰਦੇ ਇਸ ਸਾਲ ਇੰਗਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਖੇਡੂ ਸੁੱਖਾ ਕਹਿੰਦਾ ਵੀ ਇੰਗਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਇਹ ਨੌਜਵਾਨ ਨਿਊਜ਼ੀਲੈਂਡ ਤੋਂ ਥੋੜੇ ਦਿਨ ਹੋਏ ਪਰਤਿਆ ਨੌਜਵਾਨ ਮੇਰੇ ਵੀਰੋ ਅੱਜ ਇਸ ਟੀਮ ਦੇ ਲਈ ਅੱਜ ਬਾਬਾ ਜੀ ਦੇ ਕਹਿੰਦੇ ਪਿਆਰ ਸਦਕਾ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਇਹ ਮੈਚ ਖੇਡ ਰਿਹਾ ਬਾਬਾ ਤਰਲੋਕ ਸਿੰਘ ਜੀ ਦੀ ਕਿਵੇਂ ਮੇਰੇ ਵੀਰੋ ਬਹੁਤ ਵੱਡੀ ਰਹਿਨਮਾਈ ਹੈ ਅੱਜ ਦੇ ਇਸ ਕਬੱਡੀ ਕੱਪ ਦੇ ਲਈ ਉਧਰ ਗਗੜੇ ਪਿੰਡ ਦਾ ਇਸ ਵੇਲੇ ਕਬੱਡੀ ਪਾ ਰਿਹਾ ਹੈ ਗਗੜੇ ਪਿੰਡ ਦੀ ਕਬੱਡੀ ਨੂੰ ਬਹੁਤ ਵੱਡੀ ਦੇਣ ਹੈ ਲਓ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ ਕਾਲੀ ਦੀ ਪਈ ਹੋਈ ਰੇਡ ਕਾਲੀ ਕਬੱਡੀ ਪਾਉਂਦਾ ਹੋਇਆ ਲੱਖਾਂ ਕੋਠੇ ਜੱਟਾਂ ਦਾ ਹੁਸ਼ਿਆਰਪੁਰੀਆ ਕਹਿੰਦੇ ਮੀਰੀ ਪੀਰੀ ਦੀ ਖੇਡ ਕਲੱਬ ਦਾ ਜਾਫੀ ਹੈ ਮੱਖਣ ਮੱਖਣ ਦਾ ਪੇਂਡੂ ਨੌਜਵਾਨ ਮਾਣਕ ਪਰ ਮੁਕਾਬਲਾ ਇਸ ਵੇਲੇ ਕਾਲੀ ਨੇ ਆਪਣੀ ਟੀਮ ਦੇ ਲਈ ਇੱਕ ਲੱਖਾਂ ਜਾਂ ਪੁਆਇੰਟ ਜੋੜ ਦਿੱਤਾ ਹੀਰਾ ਤਲਵੰਡੀ ਚੌਧਰੀਆਂ ਦਾ ਹੀਰਾ ਤਲਵੰਡੀ ਚੌਧਰੀਆਂ ਦਾ ਇਸ ਵੇਲੇ ਕਬੱਡੀ ਪਾ ਰਿਹਾ ਹੀਰੇ ਦੀ ਪਈ ਹੋਈ ਰੇਡ ਇਸ ਵੇਲੇ ਨੌਜਵਾਨ ਹੀਰੇ ਦੀ ਨੌਜਵਾਨ ਗੱਭਰੂ ਦੀ ਪਈ ਹੋਈ ਰੇਡ ਚਾਰ ਜਾਫੀ ਚਾਰਾਂ ਦੇ ਵਿੱਚੋਂ ਕੌਣ ਇਸ ਨੌਜਵਾਨ ਨੂੰ ਡੱਕ ਕੇ ਆਪਣੀ ਟੀਮ ਦੇ ਲਈ ਲੱਖਾਂ ਜਾਂ ਪੁਆਇੰਟ ਜੋੜੂ
ਇਧਰ ਹੈਪੀ ਸਿੱਧੂ ਕਬੱਡੀ 365.com ਵਾਲਾ ਇੱਕ ਇੱਕ ਪੁਆਇੰਟ ਨੂੰ ਮੇਰੇ ਵੀਰੋ ਆਪਣੇ ਕੈਮਰੇ ਦੀ ਅੱਖ ਦੇ ਵਿੱਚ ਬੰਦ ਕਰ ਰਿਹਾ ਹੈ। ਇਧਰ ਗਿੰਦਰ ਗਗੜੇ ਦਾ ਤੇ ਦੂਸਰੇ ਪਾਸੇ ਹੀਰਾ ਤਲਵੰਡੀ ਚੌਧਰੀਆਂ ਦਾ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ। ਅਗਲੇ ਮੈਚ ਦੀ ਟੀਮ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ ਦੀ ਟੀਮ ਅਜੇ ਤੱਕ ਗਰਾਊਂਡ ਦੇ ਵਿੱਚ ਨਹੀਂ ਆਈ। ਮੇਰੀ ਬੇਨਤੀ ਵੀ ਉਹ ਟੀਮ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਪੁੱਜ ਜਾਵੇ, ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ। ਤੇ ਦੂਸਰੇ ਪਾਸੇ ਸੁਰ ਸਿੰਘ ਦੀ ਟੀਮ ਉਹ ਗਰਾਊਂਡ ਦੇ ਵਿੱਚ ਪੁੱਜੀ ਹੋਈ ਹੈ। ਇਧਰ ਪੁਆਇੰਟ ਮਾਲਵਾ ਕਬੱਡੀ ਕਲੱਬ ਮੋਗੇ ਦੀ ਟੀਮ ਦੇ ਹਿੱਸੇ ਜਾ ਜੁੜਿਆ। ਰਾਜਾ ਦਾਨੇਵਾਲ ਦਾ ਰਾਜਾ ਇਸ ਵੇਲੇ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਰਾਜਾ ਦਾਨੇਵਾਲ ਦਾ ਠੰਡੀ ਠੰਡੀ ਕਹਿੰਦੇ ਹਵਾ ਇਹਨਾਂ ਨੌਜਵਾਨਾਂ ਦੇ ਪਿੰਡਾਂ ਨੂੰ ਛੂ ਕੇ ਲੰਘ ਰਹੀ ਹੈ ਮੇਰੇ ਵੀਰੋ। ਹਾੜੀ ਥੋੜੇ ਦਿਨਾਂ ਬਾਅਦ ਮੇਰੇ ਵੀਰੋ ਵੱਢਣੀ ਵਾਢੀ ਜਿਹੜੀ ਉਹ ਸ਼ੁਰੂ ਹੋ ਜਾਣੀ ਹੈ ਤੇ ਫੇਰ ਜਿਹੜੇ ਸਾਡੇ ਦਰਸ਼ਕ ਹੈ ਆਲਮਗੀਰ ਜੀ ਸਾਡੇ ਦਿਆਲਪੁਰ ਵਾਲੇ ਇਸ ਇਲਾਕੇ ਦੇ ਸਾਰੇ ਜਿਹੜੇ ਕਮੈਂਟੇਟਰ ਨੇ ਸਤਿਕਾਰਯੋਗ ਨੇ ਆਲਮਗੀਰ ਸਾਡੇ ਵੀਰ ਚੇਚੇ ਤੌਰ ਤੇ ਪੁੱਜੇ ਹੈ। ਚਾਹੇ ਉਹ ਸਾਡੇ ਭਰਾ ਮਨਦੀਪ ਹੋਣੀ, ਗੋਪੀ ਹੋਣੀ, ਹਰਦਿਆਲ ਸਿੰਘ ਜੀ, ਇਹਨਾਂ ਸਾਰਿਆਂ ਦਾ ਧੰਨਵਾਦ। ਉੱਥੇ ਆਲਮਗੀਰ ਦਿਆਲਪੁਰ ਉਹ ਵੀ ਸਾਡਾ ਵੀਰ ਅਚੇਚੇ ਤੌਰ ਤੇ ਇਸ ਇਲਾਕੇ ਦਾ ਮਾਣ ਹੈ। ਇਹਨਾਂ ਵੀਰਾਂ ਬਾਰੇ ਸੁਣਿਆ ਬਹੁਤ ਸੀ, ਅੱਜ ਪਹਿਲੀ ਵਾਰ ਇਹਨਾਂ ਸਾਰੇ ਵੀਰਾਂ ਦੇ ਦਰਸ਼ਨ ਸੁੱਖੇ ਘੁੱਗਸ਼ੋਰ ਵਾਲੇ ਦੇ ਸੱਦੇ ਤੇ ਮੇਰੇ ਵੀਰੋ ਅਸੀਂ, ਚਾਹੇ ਉਹ ਕਬੱਡੀ 365.com ਹੈ, ਚਾਹੇ ਰੁਪਿੰਦਰ ਜਲਾਲ ਹੈ, ਬਾਬਾ ਜੀ ਦੇ ਪਿਆਰ ਸਦਕਾ, ਬਾਬਾ ਜੀ ਦੇ ਆਸ਼ੀਰਵਾਦ ਸਦਕਾ, ਕਿਉਂਕਿ ਸੁੱਖਾ ਕਬੱਡੀ ਦਾ ਸੱਚਾ ਆਸ਼ਕ ਹੈ, ਯਾਰਾਂ ਦਾ ਯਾਰ ਹੈ ਕਿ ਸਾਨੂੰ ਫਕਰ ਦੋਸਤਾਂ ਤੇ ਸਾਡੀ ਹੋਣ ਯਾਰੀ ਦੇ ਚਰਚੇ। ਰਾਜੇ ਖੇਲੇ ਸੌ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ, ਰਾਜੇ ਖੇਲੇ ਸੌ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ। ਸੁੱਖੇ ਵਰਗੇ ਨੌਜਵਾਨ ਪਰਖਣ ਦੀ ਲੋੜ ਨਹੀਂ ਮੇਰੇ ਵੀਰੋ, ਸੁੱਖੇ ਵਰਗੇ ਮੇਰੇ ਵੀਰੋ ਨੌਜਵਾਨ ਕਬੱਡੀ ਦੀ ਸੱਚੇ ਦਿਲੋਂ ਸੇਵਾ ਕਰਦਾ ਸੁੱਖਾ ਭਲਵਾਨ। ਲਓ ਆਪਾਂ ਖੇਡ ਮੈਦਾਨ ਦੇ ਵਿੱਚ ਦੇਖੀਏ, ਕਾਲੀ ਇਸ ਵੇਲੇ ਕਬੱਡੀ ਪਾਉਂਦਾ ਹੋਇਆ, ਕਾਲੀ ਦੀ ਪਈ ਹੋਈ ਰੇਡ, ਚਾਰ ਜਾਫੀ, ਚਾਰਾਂ ਦੇ ਵਿੱਚ ਹੁਣ ਕੌਣ ਬਿਜਲੀ ਬੋਰਡ ਦੇ ਕਰੰਟ ਵਾਂਗੂ ਚੁੰਮਦਾ। ਲਓ ਲੱਖੇ ਦੇ ਨਾਲ ਮੁਕਾਬਲਾ ਹੈ, ਕਦੇ ਗਾਜੀਪੁਰੀ ਲੱਖੇ ਦੀ ਗੱਲ ਹੋਈ ਹੈ, ਦੁਨੀਆ ਮੰਨਦੀ ਉਸ ਨੌਜਵਾਨ ਦੀ ਰੇਡ ਨੂੰ, ਪਰ ਆਹ ਜਾਫੀ ਵੀ ਕਹਿੰਦੇ ਕਹਿਰ ਦਾ ਜਾਫੀ ਹੈ, ਸਿਰੇ ਦਾ ਜਾਫੀ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਮੇਰੇ ਵੀਰੋ ਜੱਫੇ ਲਾਉਣ ਵਾਲਾ। ਗੋਪਾਲਪੁਰ ਦਾ ਨੰਨੀ ਅਗਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਗੋਪਾਲਪੁਰ ਦਾ ਨੰਨੀ ਦੀ ਤੇ ਕਹਿੰਦੇ ਨੇਕੇ ਦੀ ਜੋੜੀ ਜਿਹੜੀ ਪੰਜਾਬ ਦੇ ਕੱਪਾਂ ਦੇ ਵਿੱਚ ਮੇਰੇ ਵੀਰੋ ਉਹ ਪ੍ਰਸਿੱਧ ਮੰਨੀ ਗਈ ਹੈ। ਨੇਕਾ ਅੱਜ ਨਹੀਂ ਖੇਡ ਰਿਹਾ ਪਰ ਨੰਨੀ ਮੇਰੇ ਵੀਰੋ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਨੌਜਵਾਨ ਖੇਡਦਾ ਹੈ। ਉਧਰ ਨਿੱਪਾ ਨਲ ਮਾਣਕਾ ਵਾਲਾ ਉਹ ਵੀ ਚੇਚੇ ਤੌਰ ਤੇ ਪੁੱਜਿਆ ਹੋਇਆ, ਉਸ ਨੌਜਵਾਨ ਦਾ ਵੀ ਧੰਨਵਾਦ ਹੈ ਕਿਉਂਕਿ ਥੋੜੀ ਸੱਟ ਲੱਗਣ ਤੋਂ ਬਾਅਦ ਇਹਨਾਂ ਖੇਡ ਮੈਦਾਨਾਂ ਦੇ ਨਾਲ ਫਿਰ ਜੁੜੇਗਾ ਮੇਰੇ ਵੀਰੋ। ਕਬੱਡੀ ਦੇ ਖਿਡਾਰੀਆਂ ਦੇ ਵਾਹਿਗੁਰੂ ਦੀ ਵਾਹਿਗੁਰੂ ਕੇ ਹੋਰ ਦਾਸ ਆ ਵੀ ਕਦੇ ਸੱਟ ਨਾ ਲੱਗੇ ਮੇਰੇ ਵੀਰੋ। ਇਸੇ ਤਰ੍ਹਾਂ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਨੌਜਵਾਨ ਖੇਡਦੇ ਰਹਿਣ। ਬੇਸ਼ੱਕ ਇੱਕ ਦੋ ਸੀਜ਼ਨ ਆ ਜਿਹੜੇ ਉਹ ਪਲੇਅਰ ਦੇ ਮਾੜੇ ਲੱਗ ਜਾਣ ਪਰ ਕਿਸੇ ਵੀ ਖਿਡਾਰੀ ਦੇ ਸੱਟ ਨਾ ਲੱਗੇ। ਲਓ ਇਸ ਵੇਲੇ ਵੇਖਦਾ ਵੀ ਪੁਆਇੰਟ ਮਾਲਵਾ ਕਬੱਡੀ ਕਲੱਬ ਮੋਗੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਕਿ ਰੱਬ ਦੇ ਸ਼ਹਿਜ਼ਾਦੇ ਬਣ ਕੇ ਦੁਨੀਆ ਤੇ ਆਉਂਦੇ ਜਿਹੜੇ ਜ਼ਿੰਦਗੀ ਦੇ ਆਸ਼ਕ ਬਣ ਗਏ, ਜ਼ਿੰਦਗੀ ਨੂੰ ਜਿਉਂਦੇ ਜਿਹੜੇ ਜ਼ਿੰਦਗੀ ਦੀਆਂ ਮੌਜਾਂ ਉਹਨਾਂ ਰੱਜ ਰੱਜ ਕੇ ਮਾਣੀਆਂ, ਮਾਨਾ ਮਰ ਜਾਣਿਆ ਇੱਥੇ ਯਾਦਾਂ ਰਹਿ ਜਾਣੀਆਂ, ਮਾਨਾ ਮਰ ਜਾਣਿਆ ਇੱਥੇ ਯਾਦਾਂ ਰਹਿ ਜਾਣੀਆਂ, ਇਹ ਯਾਦਾਂ ਹੀ ਰਹਿ ਜਾਣੀਆਂ ਮੇਰੇ ਵੀਰੋ। ਲਓ ਹੀਰਾ ਤਲਵੰਡੀ ਚੌਧਰੀਆਂ ਦਾ ਇਸ ਵੇਲੇ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ। ਲਓ ਜਸ ਗਗੜੇ ਵਾਲਾ, ਇਸ ਵੇਲੇ ਕਬੱਡੀ ਪਾ ਰਿਹਾ ਜਸ ਗਗੜੇ ਵਾਲਾ। ਇਧਰ ਅਮਰੀਕ ਸਿੰਘ ਜੀ ਸਿਹਤਮਾ ਦੋਨਾਂ ਵਾਲੇ ਬਾਬਾ ਜੀ ਕਹਿੰਦੇ ਪਾਣੀ ਦੀ ਸੇਵਾ ਕਰ ਰਹੇ ਹੈ ਕਿ ਭਾਈ ਕਨਈਆ ਦੁਸ਼ਮਣ ਤਾਈ ਫਿਰ ਇਹ ਪਿਆਉਂਦਾ ਪਾਣੀ। ਉਧਰ ਅਜਮੇਰ ਚੰਨਾ ਜੀ ਅਪਰੇ ਤੋਂ ਸਾਡੇ ਪੱਤਰਕਾਰ ਵੀਰ ਜਿਨ੍ਹਾਂ ਨੇ ਇਸ ਟੂਰਨਾਮੈਂਟ ਨੂੰ ਮੇਰੇ ਵੀਰੋ ਵੱਖੋ ਵੱਖਰੇ ਅਖਬਾਰਾਂ ਦੇ ਵਿੱਚ ਚਮਕਾਉਣਾ ਇਸ ਕਬੱਡੀ। ਅਜਮੇਰ ਜੀ ਸਾਡੇ ਦਰਮਿਆਨ ਚੇਚੇ ਤੌਰ ਤੇ ਆਏ ਹੈ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ ਇਹ ਟੀਮ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜੇ। ਲਓ ਨੰਨੀ ਗੋਪਾਲਪੁਰ ਦਾ ਮੇਰੇ ਵੀਰੋ ਇਸ ਵੇਲੇ ਕਬੱਡੀ ਪਾ ਰਿਹਾ, ਨੰਨੀ ਗੋਪਾਲਪੁਰ ਦਾ ਇਸ ਵੇਲੇ ਕਬੱਡੀ ਪਾਉਂਦਾ ਹੋਇਆ। ਉਧਰ ਜਾਫੀਆਂ ਦੇ ਵਿੱਚੋਂ ਨੌਜਵਾਨ ਬਿੱਲਾ, ਇੱਕ ਭਿੰਡਰਾਂ ਦਾ ਬਿੱਲਾ 1991 ਦੇ ਪਹਿਲੇ ਵਰਲਡ ਕੱਪ ਦਾ ਕਹਿੰਦੇ ਬੈਸਟ ਰੇਡ ਰਿਹਾ ਤੇ ਜਾਫੀ
पहले वर्ल्ड कप का जिहड़ा सुखविंदर सिंह नेकी सिद्धमा वाला नेकी सीगा इह नौजवान उस खिडारी का सिर रामिया बिल्ला और दूसरे पासे आपां वेखीए महान कबड्डी खिडारी धन्ने गगड़े वाले का पुत्र इस वेले काली गगड़े वाला कबड्डी पाउंदा होया काली गगड़े वाले की पही रेड़ है मेरे वीर उधर चार जाफी चारां दे विचों नौजवान दे नाल मुकाबला हो चुका है बाबा मुराद शाह कबड्डी क्लब नकोदर की टीम बिना किसी देरी से ग्राउंड आ जाए बाबा मुराद शाह कबड्डी क्लब नकोदर इधर गुरिंदर धालीवाल का उमरों की नीकर पाई इस नौजवान ने मेरे वीरों एक कहते इंग्लैंड कंपनी जी बड़ी मशहूर है उमरों की नीकर पाई हुई है उधर आप देखिए चार जाफिया के नौजवान के नाल मुकाबला होया तरलोक सिंह जी मल्ली एन कहते ठोक बजा के फैसला किया है भी पॉइंट इसलिए रेडर के हिस्से जा जुड़े है गुरिंदर ਬਈ ਅਗਲਾ ਜਿਹੜਾ ਮੈਚ ਹੈ ਉਹ ਦੋਨੋਂ ਟੀਮਾਂ ਨੂੰ ਬੇਨਤੀ ਹੈ ਕਿ ਗਰਾਊਂਡ ਇੱਕ ਟੀਮ ਹੈ ਜਿਹੜੀ ਉਹ ਗਰਾਊਂਡ ਦੇ ਵਿੱਚ ਪਹੁੰਚ ਚੁੱਕੀ ਹੈ ਸੁਰ ਸਿੰਘ ਦੀ ਤੇ ਮੇਰੀ ਬੇਨਤੀ ਦੂਸਰੇ ਪਾਸੇ ਜੋ ਟੀਮ ਹੋਵੇਗੀ ਉਹ ਟੀਮ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਏ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ ਦੀ ਟੀਮ ਗਰਾਊਂਡ ਦੇ ਵਿੱਚ ਆ ਜਾਏ ਪਾਬੇ ਹੋਣੀ ਆਪਣੀ ਟੀਮ ਨੂੰ ਲੈ ਕੇ ਕਹਿੰਦੇ ਗਰਾਊਂਡ ਦੇ ਵਿੱਚ ਪਹੁੰਚ ਚੁੱਕੇ ਹੈ ਬਾਬਾ ਮੁਰਾਦ ਸ਼ਾਹ ਦੀ ਟੀਮ ਗਰਾਊਂਡ ਦੇ ਵਿੱਚ ਪਹੁੰਚ ਜਾਵੇ ਇਧਰ ਨੌਜਵਾਨ ਮਾਨਕ ਤੇ ਦੂਸਰੇ ਪਾਸੇ ਪੁਆਇੰਟ ਰੇਡਰ ਦਾ ਚੱਲਦਾ ਹੋਇਆ ਮੈਚ ਸਮਾਪਤ ਹੋ ਚੁੱਕਿਆ ਹੈ ਸਾਡੇ ਆਲਮਗੀਰ ਜੀ ਦਿਆਲਪੁਰ ਵਾਲੇ ਅਗਲੇ ਮੈਚ ਦੇ ਲਈ ਇਸ ਮਾਈਕ ਤੋਂ ਹਾਜ਼ਰੀ ਲਵਾਉਣਗੇ ਸਾਰੇ ਕਮੈਂਟੇਟਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸੁੱਚ ਕੀ ਬਾਬਾ ਫਤਿਹ ਸਿੰਘ ਕਲੱਬ ਘੁੱਗਸ਼ੋਰ ਜੇਤੂ ਰਹੀ 33 ਪੁਆਇੰਟ ਨੇ ਇਹਨਾਂ ਦੇ 33.5 ਪੁਆਇੰਟ ਤੇ ਹਾਰੀ ਹੋਈ ਟੀਮ ਦੇ ਪੁਆਇੰਟ ਨੇ 13 ਔਰ 33 ਇੱਕ ਤਰਫਾ ਮੁਕਾਬਲਾ 13-33 ਦੇ ਮੁਕਾਬਲੇ ਇਸ ਮੈਚ ਦੇ ਵਿੱਚ ਬਾਬਾ ਫਤਿਹ ਸਿੰਘ ਹਸਤਨਾ ਸਾਹਿਬ ਕਬੱਡੀ ਕਲੱਬ ਘੁੱਗਸ਼ੋਰ ਕਪੂਰਥਲੇ ਦੀ ਟੀਮ ਇਸ ਮੈਚ ਦੀ ਜੇਤੂ ਰਹੀ ਹੈ ਆਲਮਗੀਰ ਜੀ ਅੱਗੇ ਅਗਲਾ ਜਿਹੜਾ ਮੈਚ ਹੈ ਬਾਬਾ ਵਿਧੀ ਚੰਦ ਕਬੱਡੀ ਕਲੱਬ ਸੁਰ ਸਿੰਘ ਦੂਜਾ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ ਭਾਈ 5 ਮਿੰਟ ਦੇ ਵਿੱਚ ਗਰਾਊਂਡ 'ਚ ਪਹੁੰਚ ਜਾਓ 5 ਮਿੰਟ ਦੇ ਵਿੱਚ ਗਰਾਊਂਡ 'ਚ ਪਹੁੰਚ ਜਾਓ ਨਹੀਂ ਤਾਂ ਅਗਲਾ ਫੈਸਲਾ ਤਾਂ ਹੋ ਸਕਦਾ ਸਮੇਂ ਦੀ ਕਦਰ ਕਰਕੇ ਗਰਾਊਂਡ 'ਚ ਪਹੁੰਚ ਜਾਓ ਭਾਈ ਕੋਈ ਜ਼ਰੂਰੀ ਰਸਮਾਂ ਜ਼ਰੂਰੀ ਗੱਲਾਂ ਹੁੰਦੀਆਂ ਮੈਂ ਬੇਨਤੀ ਕਰਾਂ ਸਾਡੇ ਬਹੁਤ ਗੁਰੂ ਘਰ ਦੇ ਪ੍ਰੀਤਵਾਨ ਅਸੀਂ ਬੜੇ ਪਿਆਰ ਦੇ ਨਾਲ ਉਹਨੂੰ ਕੱਪਾ ਹੀ ਕਹਿੰਦੇ ਹਾਂ ਵਾਲੀਆ ਉਹਨਾਂ ਦੇ ਪਾਪਾ ਜੀ ਪਿਤਾ ਜੀ ਬਲਵਿੰਦਰ ਸਿੰਘ ਜੀ ਵਾਲੀਆ ਹਮੀਰੇ ਤੋਂ ਬਾਬਾ ਜੀ ਤੋਂ ਸਿਰੋ ਪਾਓ ਲੈ ਲੈਣ ਯਾਦ ਚਿੰਨ ਨਾਲ ਕਰਨਲ ਭਜਨ ਸਿੰਘ ਜੀ ਬਲਵਿੰਦਰ ਸਿੰਘ ਜੀ ਵਾਲੀਆ ਬਈ ਸਾਡੇ ਪ੍ਰਵੀਨਪਾਲ ਸਿੰਘ ਜੀ ਦੂਜੀ ਵਾਰੀ ਅਨਾਊਂਸ ਕੀਤਾ ਭਾਈ ਉਹਨਾਂ ਨੂੰ ਬੇਨਤੀ ਹੈ ਬੋਲੇ ਸੋ ਨਿਹਾਲ ਪ੍ਰਵੀਨਪਾਲ ਜੀ ਬਈ ਇਹ ਹੁਣ ਸਾਡੇ ਕੋਲੰਬੀ ਨੇ ਉਹਨਾਂ ਨੂੰ ਬੇਨਤੀ ਹੈ ਕਿ ਬਾਬਾ ਜੀ ਤੋਂ ਆਸ਼ੀਰਵਾਦ ਪ੍ਰਾਪਤ ਕਰਨ ਬਈ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ ਨੂੰ ਬੇਨਤੀ ਹੈ ਕਿ ਗਰਾਊਂਡ ਦੇ ਵਿੱਚ ਹਾਜ਼ਰ ਹੋਣ ਹੈਲੋ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ ਦੀ ਟੀਮ ਦੇ ਖਿਡਾਰੀ ਬਰਾਏ ਮਿਹਰਬਾਨੀ ਜਲਦ ਖੇਡ ਮੈਦਾਨ ਦੇ ਵਿੱਚ ਆ ਜਾਣ ਬੜਾ ਰੌਚਕ ਮੈਚ ਖੇਡਿਆ ਜਾਵੇਗਾ ਧਰਤੀ ਗੁਰੂਆਂ ਤੇ ਪੀਰਾਂ ਦੀ ਪੰਜਾਬ ਮੇਰਾ ਪੈਦਾ ਹੁੰਦੇ ਨੇ ਸੂਰਮੇ ਸ਼ਹੀਦ ਜਿੱਥੇ ਸਰਬੰਸ ਵਾਰ ਕੇ ਰੱਬ ਨੂੰ ਹਾਲ ਦੱਸਦੇ ਸੌਂਕੇ ਕੰਢਿਆਂ ਉੱਤੇ ਮਰੀਜ਼ ਜਿੱਥੇ ਵੱਡੇ ਵੱਡੇ ਧਾਵੀਆਂ ਦੇ ਜਿੱਥੋਂ ਨੇ ਮੂੰਹ ਮੁੜ ਗਏ ਮੈਂ ਕਸੂੰਕੇ ਜਿੱਥੇ ਗੁਲਾਬ ਦੀ ਜੀ ਜਿੱਥੋਂ ਦੇ ਲੋਕ ਅਣਖਲੀ ਮਰ ਜਾਂਦੇ ਕਬੱਡੀ ਖੇਡ ਹਾਊਸ ਪੰਜਾਬ ਦੀ ਜੀ ਮਾਂ ਖੇਡ ਕਬੱਡੀ ਦੀ ਗੱਲ ਹਰ ਸਾਲ ਬਹੁਤ ਹੀ ਅਦਬ ਤੇ ਸਤਿਕਾਰਯੋਗ ਸੰਤ ਮਹਾਂਪੁਰਸ਼ ਸੰਤ ਬਾਬਾ ਤਲੋਕ ਸਿੰਘ ਜੀ ਦੀ ਰਹਿਨਮਾਈ ਦੇ ਹੇਠ ਕੀਤੀ ਜਾਂਦੀ ਹੈ ਇਸ ਖੇਡ ਮੈਦਾਨ ਦੇ ਵਿੱਚ ਮੈਂ ਸੰਤਾਂ ਮਹਾਂਪੁਰਸ਼ਾਂ ਦਾ ਡੇਰੇ ਦੇ ਸਾਰੇ ਪ੍ਰਬੰਧਕ ਸਾਥੀਆਂ ਦਾ ਮੈਂ ਬਹੁਤ ਬਹੁਤ ਰਿਣੀ ਹਾਂ ਕਿ ਜੋ ਹਰ ਸਾਲ ਵੱਡਾ ਉਦਮ ਕਰਕੇ ਮਾਂ ਖੇਡ ਕਬੱਡੀ ਦਾ ਵੱਡਾ ਖੇਡ ਮੇਲਾ ਇਸ
मैदान करवाउंदे ने। मैं विशेष तौर पर बाबा जी का उन्होंने सत्कारयोग सेवादार साथियों का बहुत बहुत ऋणी हाँ। सो बेनती है भी बाबा अमराज शाह कबड्डी क्लब नकोदर की टीम के खिलाड़ी बिना किसी देरी तो तैयार होकर खेड मैदान के आने। सुर सिंह वाला की टीम खेड मैदान पहुंच चुकी है और बाबा अमराज शाह कबड्डी क्लब नकोदर की टीम के खिलाड़ियों का इंतजार किया जा रहा है। खेड मैदान में सुखी घूक शोर होने का बहुत वड्डा उपराला होंगे हर साल इस खेड मैदान टीमों सदन के लिए। जो गल करिए फिर इन्होंने मैचों के इन्हों सत्कारयोग साथियों के नाम है सुखी घूक शोर का कबड्डी की इस दुनिया के हुण प्रसिद्धियां ने। सो उन्होंने साथियों का भी विशेष तौर के उपर सारे कोचस का सारे खिडारियों का सोनू चंप कबड्डी का खिडारी विशेष तौर के उपर पुजिया हुआ सारे का स्वागत है। सो बेनती है भी बाबा मुराद शाह कबड्डी क्लब नकोदर की टीम जल्द तो जल्द तैयार होकर खेड मैदान पहुंचेगी। सुर सिंह वाला की टीम माझे की टीम इस वे खेड मैदान पहुंची है कि माझे ते दुआबे का है मैच मित्रों भी फस गई कुंडिया बाहर बैठे लोग गल करते भी टीम दोनों चंगी है। हेलो भाई बाबा मुराद शाह कबड्डी क्लब उन्होंने बेनती है कि जल्दी जल्दी ग्राउंड च पहुंच जाए। बाबा मुराद शाह कबड्डी क्लब एक भाई असं बार बार बेनती करते हैं असि जड़िया रवायती खेलों का रवाज चलिया किसी ने ट्रैक्टर उपर दी लाना किसी ने मोटरसाइकिल खिंचना किसी ने पांच सात इटा चकनिया ये काम असी बिल्कुल खत्म किया ना असी करना ना असी करने के हक च असी किसी ने भी इस काम लिए एंट्री नहीं देंगे। कृपा करके इस त्यौहार के स्पैशली गल लिखिया ने इस करके सानू भाई डिस्टर्ब ना करो तो चंगा असी ये हक च नहीं है। सारे बाबा जी ने सारी कमेटी ने बैठ के फैसला किया कि असी ये काम नहीं करना। बाबा मुराद शाह कबड्डी क्लब नकोदर की टीम के खिडारी जल्द तो जल्द तैयार होकर खेड मैदान आ जाए समा बहुत होंदा जा रहा है। इस करके बेनती है खिडारियों के बिना किसी देरी तो वर्म अप होकर खेड मैदान आने जल्द तो जल्द। सुर सिंह वाला बाबा मुराद शाह कबड्डी क्लब नकोदर भैन जी दो मिनट का समा दिता गया भाई बाबा मुराद शाह कबड्डी क्लब नकोदर की टीम के कोच साथी खिडारी नोट करना भी सिर्फ दो मिनट का समा दिता गया। प्रबंधकी कमेटी वालों जल्द तैयारी करके मैदान के आने दो मिनट में दोनों टीम का जिस तरह मैच अनाउंस किया गया। सुर सिंह वाला की टीम पहुंच चुकी है ते बाबा मुराद शाह कबड्डी क्लब नकोदर की टीम के खिडारियों का इंतजार किया जा रहा है। जल्दी तो जल्दी खिडारी बराए मेहरबानी मैदान के आने। बहुत ही अदब ते सत्कारयोग बाबा तरलोक सिंह जी जिन्हां दी हर साल बहुत वड्डी सरप्रस्ती दे हेठ मां खेड कबड्डी दीआं रौनकां इस खेड मैदान दे विच लगदीआं ने। मैं डेरे दे सारे प्रबंधक साथियों का भी बहुत बहुत ऋणी हां जिन्हां दा बहुत वड्डा उद्यम हुंदा हर साल इस टूरनामेंट नूं सफल करन दे लई। सारे सहयोगियों का बहुत बहुत धन्नवाद और बेनती है भी बाबा मुराद शाह कबड्डी क्लब नकोदर की टीम बिना किसी देरी तो तैयार होकर मैदान दे विच पहुंचे। जंड जिथे वाज सुनता हुआ अपनी टीम लैके जल्द पहुंचेगा खेड मैदान समा बहुत होंदा जा रहा है और बेनती है भाई जल्द तो जल्द बाबा मुराद शाह कबड्डी क्लब नकोदर की टीम तैयारी करके मैदान पहुंचे। हाँ जी प्रबंधकी कमेटी ने फैसला किया भी जेकर दो मिनट के बाबा मुराद शाह कबड्डी क्लब नकोदर की टीम नहीं पहुंचती तो सुर सिंह वाला की टीम जेतू करार दिता जाएगा। सो नोट कर लो भी दो मिनट का समा दिता गया है जल्द मुराद शाह कबड्डी क्लब नकोदर की टीम मैदान पहुंचे।
ਇੱਥੇ ਪਾ ਦਿਓ, ਇੱਥੇ ਪਿਆ ਨਹੀਂ ਦਿਓ, ਇੱਕ ਪਾ ਦਿਓ ਉੱਪਰ ਦਿਓ, ਇੱਥੇ ਪਾ ਜਾ ਬਈ। ਇਸ ਮੈਚ ਤੋਂ ਬਾਅਦ ਜਿਹੜਾ ਮੈਚ ਹੋਣਾ ਡੀਏਵੀ ਕਾਲਜ ਜਲੰਧਰ ਬਾਬਾ ਦੀਪ ਸਿੰਘ ਕਬੱਡੀ ਕਲੱਬ ਤੋਤਾ ਸਿੰਘ, ਇਹਨਾਂ ਦਾ ਮੈਚ ਹੋਣਾ ਦੂਜੇ ਰਾਊਂਡ ਦਾ ਸੈਮੀ ਫਾਈਨਲ। ਇਹ ਟੀਮਾਂ ਤਿਆਰ ਹਨ, ਹਾਂਜੀ ਸ਼ੁਰੂਆਤ ਖੇਡ ਮੈਦਾਨ ਦੇ ਵਿੱਚ ਕਰੀ ਇਸ ਮੈਚ ਦੀ। ਇੱਕ ਪਾਸੇ ਸੁਰ ਸਿੰਘ ਵਾਲਾ ਦੀ ਟੀਮ ਹੈ ਸਟੇਜ ਦੀ ਦਿਸ਼ਾ ਤੋਂ ਤੱਕੀ, ਤੇ ਸੱਜੇ ਵਾਲੇ ਹੱਥ ਜਿਹੜੀ ਟੀਮ ਹੈ ਸੁਰ ਸਿੰਘ ਵਾਲਾ ਤੇ ਖੱਬੇ ਹੱਥ ਜਿਹੜੀ ਟੀਮ ਖੇਡ ਮੈਦਾਨ ਦੇ ਵਿੱਚ ਪਹੁੰਚੀ। ਇਸ ਵੇਲੇ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ ਦੀ ਟੀਮ ਆ ਗਿਆ ਵਿੱਚ ਮੈਦਾਨ ਦੇ। ਦੇਖੋ ਗੱਭਰੂ ਦੂਲੇ ਸ਼ੇਰ ਲਾਉਂਦੇ ਪੱਟਾਂ ਉੱਪਰ, ਥਾਪੀਆਂ ਹੁੰਦੇ ਸਾਨਾ ਵਾਂਗਰ ਭੇੜ, ਧੂੜ ਸਮਾਨਾਂ ਦੇ ਵਿੱਚ ਉੜਦੀ ਜਦ ਖੇਡਣ ਮਰਦ ਦਲੇਰ, ਕਿ ਕਰਨੀਆਂ ਸਖਤ ਪੈਂਦੀਆਂ ਮਿਹਨਤਾਂ ਜਿੱਤ ਕਿਸਮਤ ਵਿੱਚ ਮਿਲਦੀ ਫੇਰ। ਦੋਨੋਂ ਟੀਮਾਂ ਚੋਟੀ ਦੀਆਂ ਪਹੁੰਚੀਆਂ ਨੇ, ਇੱਕ ਪਾਸੇ ਮਾਝੇ ਦੇ ਨੌਜਵਾਨ ਗੱਭਰੂ ਹੈ ਔਰ ਦੂਸਰੇ ਪਾਸੇ ਦੁਆਬੇ ਦੀ ਧਰਤੀ ਦੇ ਨੌਜਵਾਨਾਂ ਦੇ ਦਰਮਿਆਨ ਬੜਾ ਰੌਚਕ ਮੈਚ ਜਿਹੜਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾਵੇਗਾ, ਕਿ ਵਿੱਚ ਮੈਦਾਨ ਨੇ ਪਰਖੇ ਜਾਂਦੇ ਮਿੱਤਰੋ ਜ਼ੋਰ ਜਵਾਨਾਂ ਦੇ। ਭਾਜੀ ਵੇਰਵੇ ਨਾਲ ਦੱਸਿਓ ਕਿਹੜੀ ਟੀਮ ਕਿੱਧਰ ਹੈ। ਹਾਂਜੀ ਸੱਜੇ ਹੱਥ ਜਿਹੜੀ ਟੀਮ ਹੈ ਸੁਰ ਸਿੰਘ ਵਾਲਾ ਤੇ ਖੱਬੇ ਹੱਥ ਜਿਹੜੀ ਟੀਮ ਹੈ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ। ਬਹੁਤ ਵਧੀਆ ਜਿਹੜਾ ਮੈਚ ਖੇਡ ਮੈਦਾਨ ਦੇ ਵਿੱਚ ਦੋਨਾਂ ਟੀਮਾਂ ਦੇ ਦਰਮਿਆਨ ਖੇਡਿਆ ਜਾਵੇਗਾ। ਇਸ ਤੋਂ ਅਗਲੇ ਮੈਚ ਦੀ ਜਾਣਕਾਰੀ ਸਾਡੇ ਸੁੱਖਾ ਜੀ ਘੁਗਸ਼ੂਰ ਵਾਲੇ ਜਿੱਥੇ ਵਾਇਸ ਸੁਣਦੇ ਹੁਣ ਪ੍ਰਬੰਧਕ ਸਾਥੀਆਂ ਵੱਲੋਂ ਇਹ ਬੇਨਤੀ ਕੀਤੀ ਗਈ ਵੀ ਅਗਲੀਆਂ ਦੋਨਾਂ ਟੀਮਾਂ ਨੂੰ ਸੱਦਾ ਦੇ ਦਿੱਤਾ ਜਾਵੇ ਤਾਂ ਕਿ ਮੈਚ ਖਤਮ ਹੋਣ ਤੋਂ ਪਹਿਲਾਂ ਜਿਹੜੀਆਂ ਦੋਨੋਂ ਟੀਮਾਂ ਤਿਆਰੀ ਕਰਕੇ ਖੇਡ ਮੈਦਾਨ ਦੇ ਵਿੱਚ ਪਹੁੰਚ ਜਾਣ। ਸੋ ਬੜਾ ਸ਼ਾਨਦਾਰ ਮੈਚ ਖੇਡ ਮੈਦਾਨ ਦੇ ਵਿੱਚ, ਸਾਡਾ ਵੀਰ ਜੋਧਾ ਪਹੁੰਚਿਆ ਲੱਖਣ ਕਲਾਂ ਤੋਂ, ਬਹੁਤ ਵੱਡਾ ਮਾਣ ਜਿੱਥੇ ਸਾਡੇ ਬਹੁਤ ਹੀ ਅਦਬ ਤੇ ਸਤਿਕਾਰਯੋਗ ਰੁਪਿੰਦਰ ਜਲਾਲ ਜੀ ਕਹਿੰਦੇ ਵੀ ਮਾਲਵੇ ਦੀ ਧਰਤੀ ਦਾ ਮਾਣ ਹੈ ਮਾਂ ਬੋਲੀ ਪੰਜਾਬੀ ਦੇ ਬੋਲਾਂ ਦਾ। ਸੋ ਵਿਸ਼ੇਸ਼ ਤੌਰ ਦੇ ਉੱਪਰ ਪਹਿਲੀ ਵਾਰ ਦਰਸ਼ਨ ਹੋਏ ਨੇ, ਅਕਸਰ ਮੱਖਣ ਅਲੀ ਜੀ ਦੇ ਨਾਲ ਗੱਲਾਂ ਹੁੰਦੀਆਂ ਸਨ, ਸੋ ਇਹ ਦਰਸ਼ਨ ਹੋਏ ਨੇ, ਸੋ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਮੈਂ ਆਪਣੇ ਵੱਲੋਂ ਸੁੱਖੇ ਘੁਗਸ਼ੂਰ ਵੱਲੋਂ ਬਾਬਾ ਜੀ ਵੱਲੋਂ ਬਹੁਤ ਬਹੁਤ ਸਵਾਗਤ ਕਰਦਾ, ਬਹੁਤ ਬਹੁਤ ਜੀ ਆਇਆਂ ਨੂੰ ਆਖਦੇ ਹਾਂ। ਸਾਡੇ ਸੁੱਗਾ ਜੀ ਪੁੱਜੇ ਹੋਏ ਪੱਲਾ ਵੀਰ ਮਾਝੇ ਤੋਂ ਵਿਸ਼ੇਸ਼ ਤੌਰ ਤੇ, ਸਾਡਾ ਗੋਪੀ ਵੀਰ ਥਿਕਲੀ ਵਾਲਾ ਕੱਲ ਤੋਂ ਸੇਵਾਵਾਂ ਦੇ ਰਿਹਾ ਹੈ, ਸਾਰੇ ਕਮੈਂਟੇਟਰ ਸਾਥੀਆਂ ਦਾ ਮੈਂ ਬਹੁਤ ਬਹੁਤ ਰਿਣੀ ਹਾਂ। ਬਾਬਾ ਦੀਪ ਸਿੰਘ ਕਬੱਡੀ ਕਲੱਬ ਤੋਤਾ ਸਿੰਘ ਵਾਲਾ ਤੇ ਡੀਏਵੀ ਕਾਲਜ ਜਲੰਧਰ ਦੀ ਟੀਮ ਦੇ ਦਰਮਿਆਨ ਪਹਿਲਾ ਸੈਮੀਫਾਈਨਲ ਜੋ ਅਗਲਾ ਖੇਡਿਆ ਜਾਵੇਗਾ। ਟੀਮਾਂ ਤਿਆਰੀ ਕਰਕੇ ਮੈਦਾਨ ਦੇ ਵਿੱਚ ਆ ਜਾਣਾ। ਪਹਿਲੀ ਕਬੱਡੀ ਦੀ ਗੱਲ ਕਰੀਏ ਖੇਡ ਮੈਦਾਨ ਦੇ ਵਿੱਚ ਬਹੁਤ ਸ਼ਾਨਦਾਰ ਤੇ ਬੜਾ ਰੌਚਕ ਜਿਹੜਾ ਮੈਚ ਸ਼ੁਰੂ ਹੋਇਆ ਇਸ ਵੇਲੇ ਦੋਨਾਂ ਟੀਮਾਂ ਦੇ ਦਰਮਿਆਨ। ਹਰਜੀਤ ਨਾਮ ਹੈ ਗੱਭਰੂ ਦਾ। ਦੂਸਰੇ ਪਾਸੇ ਜਿਹੜਾ ਜਾਫੀ ਕਹਿੰਦੇ ਵੀ ਜੱਫਾ ਲਾਉਂਦਾ ਸਰਦਾਰ ਜਸਵੰਤ ਸਿੰਘ ਨੂੰ, ਬੰਤਾ ਆਖਦੇ ਨੇ ਕਹਿੰਦੇ ਵੀ ਰਾਜਪੁਰ ਭਾਈਆਂ ਪਿੰਡ ਚਲੇ ਹੁਸ਼ਿਆਰਪੁਰ ਦਾ ਆਹ ਖਿਡਾਰੀ, ਹਰਖੋਵਾਲ ਦੇ ਕਹਿੰਦੇ ਵੀ ਰੂਪੀ ਦੇ ਨਾਲ ਭਰਾਵਾਂ ਵਰਗਾ ਪਿਆਰ ਇਸ ਖਿਡਾਰੀ ਦਾ, ਕਦੇ ਕਹਿੰਦੇ ਵੀ ਸੇਠੀ ਦੀ ਗੱਲ ਚੱਲਦੀ ਹੈ। ਆਹ ਬੰਟੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਲਾ ਜੱਫਾ ਇਹ ਡੇਢ ਨੰਬਰ ਦਾ ਵਾਅਦਾ ਕਰਦਾ ਹੋਇਆ ਵੀ ਆਹ ਸਟੈਂਡ ਮਿਹਰਬਾਨੀ ਕਰਕੇ ਬਾਹਰ ਰੱਖ ਦਿਓ, ਬਹੁਤ ਬਹੁਤ ਧੰਨਵਾਦ ਹੋਵੇਗਾ। ਆ ਜਿਹੜਾ ਖਿਡਾਰੀ ਖੇਡ ਮੈਦਾਨ ਵਿੱਚ ਕਬੱਡੀ ਪਾਉਂਦਾ ਜ਼ਿਲ੍ਹੇ ਜਲੰਧਰ ਦਾ, ਕਹਿੰਦੇ ਵੀ ਚੰਡੂ ਸੰਘਾ ਪਿੰਡ ਜੋਗੀ ਦੀ ਕਲਮ ਨੇ ਪ੍ਰਸਿੱਧ ਕਰ ਦਿੱਤਾ ਦੁਨੀਆ ਭਰ ਦੇ ਵਿੱਚ ਉਸੇ ਪਿੰਡ ਦਾ ਮਨ, ਆਓ ਪਹਿਲੀ ਰੇਡ ਪਾ ਕੇ ਆਪਣੀ ਟੀਮ ਦੇ ਖਾਤੇ ਦੇ ਵਿੱਚ ਨੰਬਰ ਜੋੜਦਾ ਹੋਇਆ। ਤਾਬਾ ਸੁਰ ਸਿੰਘ ਦਾ ਅਗਲੀ ਕਬੱਡੀ ਪਾਉਂਦਾ ਹੋਇਆ ਭਾਰਾ ਸਰੀਰ ਗੱਭਰੂ ਦਾ, ਆ ਜੋ ਖਿਡਾਰੀ ਖੇਡ ਮੈਦਾਨ ਵਿੱਚ ਕਬੱਡੀ ਪਾ ਰਿਹਾ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ ਕਪੂਰਥਲਾ ਵੱਲੋਂ, ਸਾਡੇ ਤ੍ਰਿਲੋਕ ਮੱਲੀ ਜੀ ਹੁਣਾਂ ਦੀ ਵੱਡੀ ਅਗਵਾਈ ਦੇ ਹੇਠ ਆ ਖਿਡਾਰੀ ਨੂੰ ਕਹਿੰਦੇ ਵੀ ਗੁਰੂ ਨਾਨਕ ਸਟੇਡੀਅਮ ਕਪੂਰਥਲੇ ਦੀ ਧਰਤੀ ਤੇ ਬੁਲਟ ਮੋਟਰਸਾਈਕਲ ਦੇ ਨਾਲ ਵੱਡਾ ਮਾਨ ਸਨਮਾਨ ਦਿੱਤਾ ਗਿਆ। ਪਰ ਆ ਜਿਹੜਾ ਖਿਡਾਰੀ ਹੁਣ ਜਾਫਾ ਲਾਉਂਦੇ ਕਹਿੰਦੇ ਵੀ ਚੜ੍ਹਦੀ ਵਰੇਸ ਹੈ, ਬੜਾ ਚੀੜਾ ਜਾਫੀ ਖੇਡ ਮੈਦਾਨ ਦੇ ਵਿੱਚ ਇਸ ਵੇਲੇ, ਆਓ ਪੰਮੇ ਨੇ ਕੋਸ਼ਿਸ਼ ਕੀਤੀ ਹੋਈ ਪਰ ਨੰਬਰ ਰੇਡਰ ਦੇ ਖਾਤੇ ਜੁੜਦਾ ਹੋਇਆ। ਫਤਿਹ ਪ੍ਰੀਆ ਕਹਿੰਦੇ ਵੀ ਪੰਮਾ ਹੁਣ ਤਕੜਾ ਜਾਫੀ, ਕਦੇ ਸਨੀ ਦੇ ਨਾਲ ਮਿਲ ਕੇ ਜਫੇ ਲਾਉਂਦਾ ਖੇਡ ਮੈਦਾਨਾਂ ਦੇ ਵਿੱਚ, ਔਰ ਕਦੇ ਇਸ ਨੌਜਵਾਨ ਦੀ ਗੱਲ ਬਾਦਲ ਦੇ ਨਾਲ ਚੱਲਦੀ ਹੈ ਕਦੇ ਦੇ ਨਾਲ। ਇਧਰਲੇ ਪਾਸੇ ਆ ਜਿਹੜਾ ਖਿਡਾਰੀ ਕਹਿੰਦੇ ਵੀ ਸਾਰੀ ਪਿੰਡ ਕਾਰੀ ਤੇ ਸਾਰੀ ਦੋ ਪਿੰਡ ਦੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਉਸੇ ਪਿੰਡ ਦਾ ਖੇਡ ਮੈਦਾਨ ਦੇ ਵਿੱਚ ਅੰਤਲ ਕਬੱਡੀ ਪਾਉਂਦਾ ਹੋਇਆ, ਅੰਤਲ ਦੀ ਕਬੱਡੀ ਖੇਡ ਮੈਦਾਨ ਦੇ ਵਿੱਚ, ਅੰਮ੍ਰਿਤਪਾਲ ਸਿੰਘ ਪੂਰਾ ਨਾਮ ਹੈ ਖਿਡਾਰੀ ਦਾ। ਪਰ ਉਧਰਲੇ ਪਾਸੇ ਦੇਖੀ ਵੀ ਖੇਡ ਮੈਦਾਨ ਵਿੱਚ ਗੁਰਜੀਤ ਸਿੰਘ ਆਓ ਲਾਜਫਾ ਆਪਣੀ ਟੀਮ ਦੇ ਖਾਤੇ ਦੇ ਵਿੱਚ ਨੰਬਰ ਜੋੜਦਾ ਹੋਇਆ।
ਵਿੱਚ ਮੈਦਾਨ ਦੇ ਪਰਖੇ ਜਾਂਦੇ ਨੇ ਮਿੱਤਰੋ ਜੋਰ ਜਵਾਨਾਂ ਦੇ। ਚੱਲ ਬਲਜੀਤ ਸਿੰਘ ਪਾ ਫਿਰ ਕਬੱਡੀ ਨੌਜਵਾਨ, ਆਹ ਬਲਜੀਤ ਦੀ ਅਗਲੀ ਕਬੱਡੀ ਖੇਡ ਮੈਦਾਨ ਵਿੱਚ ਪੈ ਚੁੱਕੀ ਹੈ। ਇੱਕ ਪਾਸੇ ਭੇਟਾਂ ਵਾਲਾ, ਆਓ ਮਾਨੀ ਬਿਲਕੁਲ ਤਿਆਰ ਬਰ ਤਿਆਰ, ਕਿਤੇ ਵੀ ਸੰਘਵਾਲ ਪਿੰਡ ਦਾ ਸ਼ਕਤੀਮਾਨ ਦੋ ਨੰਬਰ ਦੇ ਉੱਪਰ ਹੈ, ਔਰ ਉਹਦੇ ਪਾਸੇ ਹੁਸ਼ਿਆਰਪੁਰੀ ਆ ਬੰਟੀ ਵੀ ਦੋ ਨੰਬਰ ਤੇ, ਉਹਦੇ ਪਾਸੇ ਕਿਤੇ ਪੰਬਾ ਫਤਿਹਪੁਰੀ ਆ, ਆਹ ਪਹਿਲੀ ਕਨੀ ਦੇ ਉੱਪਰ ਤਿਆਰ ਬਰ ਤਿਆਰ ਜੱਫਾ ਲਾਉਣ ਦੇ ਲਈ ਪਾਈ ਹੋਈ ਕਬੱਡੀ ਬਲਜੀਤ ਸਿੰਘ ਦੀ ਖੇਡ ਮੈਦਾਨ ਦੇ ਵਿੱਚ, ਕਿ ਰੰਗਲੀ ਧਰਤ ਪੰਜਾਬ ਦੀ ਜਿੱਥੇ ਵਗਦੀ ਠੰਡੀ ਵਾਹ, ਇੱਥੇ ਮੁੰਡੇ ਖੇਡਣ ਕੌਡੀਆਂ ਦਿੰਦੇ ਅੰਬਰੀ ਧੂੜ ਉੜਾ, ਬਈ ਇੱਥੇ ਮੁੰਡੇ ਖੇਡਣ ਕੌਡੀਆਂ। ਸ਼ਾਨਦਾਰ ਜੱਫਾ ਲੱਗਿਆ ਹੋਇਆ ਮੈਦਾਨ ਦੇ ਵਿੱਚ, ਆ ਜਿਹੜਾ ਨੰਬਰ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ ਦੀ ਟੀਮ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ, ਬਲੇਰ ਖਾਨ ਪ੍ਰਿਆ ਗੁੱਗੂ ਖੇਡ ਮੈਦਾਨ ਵਿੱਚ ਕਬੱਡੀ ਪਾਉਂਦਾ ਹੋਇਆ, ਕਿ ਡੁੱਲਦੇ ਰਹਿਣ ਪਸੀਨੇ ਚੰਡੇ ਹੋਏ ਸਰੀਰਾਂ ਚੋਂ, ਕਬੱਡੀ ਖੇਡ ਕੇ ਜਸ ਖੱਟਣ ਲੋਕਾਂ ਦੀਆਂ ਭੀੜਾਂ ਚੋਂ, ਹਰ ਅੰਕ ਤੇ ਵੱਜੇ ਤਾੜੀ ਲੋਕ ਨਜ਼ਾਰਾ ਲੈਣ ਰੱਬਾ, ਕਿ ਪੁੱਤ ਪੰਜਾਬ ਦੇ ਵਿੱਚ ਮੈਦਾਨੀ ਟਹਿਕਦੇ ਰਹਿਣ ਰੱਬਾ। ਬਹੁਤ ਵਧੀਆ ਮੁਕਾਬਲਾ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਚੱਲਦਾ ਹੋਇਆ, ਸੁੱਖੇ ਘੋਗਸ਼ੋਰ ਵੱਲੋਂ ਸਾਰੇ ਕਬੱਡੀ ਦੇ ਖਿਡਾਰੀਆਂ ਦਾ, ਕੋਚਾਂ ਦਾ, ਵਿਸ਼ੇਸ਼ ਤੌਰ ਦੇ ਉੱਪਰ ਅੱਜ ਇੱਥੇ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਹੈ, ਬਹੁਤ ਬਹੁਤ ਜੀਆਂ ਰੱਖਦੇ ਹਾਂ। ਇਧਰਲੇ ਪਾਸੇ ਦੇਖੀ ਮੋਟਾ ਨਾਮ ਖਿਡਾਰੀ ਦਾ, ਇੱਕ ਪਾਸੇ ਮਾਝੇ ਦਾ ਨੌਜਵਾਨ ਜ਼ਿਲ੍ਹੇ ਗੁਰਦਾਸਪੁਰ ਦਾ, ਤੇ ਦੂਸਰੇ ਪਾਸੇ ਹੁਸ਼ਿਆਰਪੁਰੀ ਅਕਿੰਦ ਵੀ ਬਾਂਟੀ ਇਸ ਵੇਲੇ ਡਕਲਾਂ ਦੀ ਕੋਸ਼ਿਸ਼ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ, ਕਦੇ ਸੱਜੇ ਕਦੇ ਖੱਬੇ ਸਾਨਾਂ ਦਾ ਭੇੜ ਬੱਲੇ ਬੱਲੇ ਹੁੰਦੀ ਹੋਈ ਵੀ ਤਾੜੀਆਂ ਮਾਰ ਦੋ ਦਰਸ਼ਕ ਵੀ ਇਸ ਨੌਜਵਾਨ ਦੇ ਲਈ। ਬਹੁਤ ਸ਼ਾਨਦਾਰ ਜੱਫਾ ਹੁਸ਼ਿਆਰਪੁਰੀ ਅਕਿੰਦ ਵੀ ਬਾਂਟੀ ਨੇ ਲਾ ਕੇ ਪੂਰੀ ਟੀਮ ਦੇ ਖਾਤੇ ਦੇ ਵਿੱਚ ਇੱਕ ਹੋਰ ਨੰਬਰ ਜੋੜ ਦਿੱਤਾ। ਕੁਲਵਿੰਦਰ ਸਿੰਘ ਅਗਲੀ ਕਬੱਡੀ ਪਾਉਂਦਾ ਹੋਇਆ, ਸੰਘਾ ਪਰਿਵਾਰ ਦਾ, ਕਹਿੰਦੇ ਵੀ ਕੁਲਵਿੰਦਰ ਸਿੰਘ ਘੁੱਦੇ ਦਾ ਨਾਮ ਮੈਦਾਨਾਂ ਦੇ ਵਿੱਚ ਬੜਾ ਪ੍ਰਸਿੱਧ ਹੈ, ਤੇ ਉਸੇ ਦਾ ਕਹਿੰਦੇ ਵੀ ਵੀਰ ਕੁਲਵਿੰਦਰ ਸਿੰਘ ਸੰਘਾ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਜੋ ਪਾ ਰਿਹਾ, ਝੁਕਿਆ ਹੋਇਆ ਵੱਖਰੇ ਅੰਦਾਜ਼ ਨਾਲ ਖੇਡ ਮੈਦਾਨ ਦੇ ਵਿੱਚ, ਇੱਕ ਪਾਸੇ ਗੁਰਜੀਤ ਹੈ ਤੇ ਦੂਸਰੇ ਪਾਸੇ ਗਿੰਦਰ ਹੈ, ਪਰ ਗੁਰਜੀਤ ਸਿੰਘ ਦੇ ਨਾਲ ਟੱਚ ਕੀਤਾ ਹੋਇਆ ਗੱਭਰੂ ਨੇ, ਔਰ ਕੁਲਵਿੰਦਰ ਸਿੰਘ ਆਹ ਕਾਲੇ ਸੰਘਿਆ ਵਾਲਾ ਆਪਣੀ ਟੀਮ ਦੇ ਖਾਤੇ ਦੇ ਵਿੱਚ ਇੱਕ ਹੋਰ ਨੰਬਰ ਜੋੜਦਾ ਹੋਇਆ। ਹਰਜੀਤ ਦੀ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਹੈ, ਆਵਾਗ ਹੈ ਵਿੱਚ ਮੈਦਾਨ ਦੇ, ਦੇਖੋ ਗੱਭਰੂ ਦੂਲੇ ਸ਼ੇਰ ਲਾਉਂਦੇ ਪੱਟਾਂ ਉੱਪਰ ਥਾਪੀਆਂ ਹੁੰਦੇ ਸਾਨਾ ਵਾਂਗਰ ਭੇੜ, ਧੂੜ ਸਮਾਨਾਂ ਦੇ ਵਿੱਚ ਉੜਦੀ ਜਦ ਖੇਡਣ ਮਰਦ ਦਲੇਰ, ਕਰਨੀਆਂ ਸਖਤ ਪੈਂਦੀਆਂ ਮਿਹਨਤਾਂ ਜਿੱਤ ਕਿਸਮਤ ਵਿੱਚ ਮਿਲਦੀ ਫੇਰ, ਕਿ ਕਰਨੀਆਂ ਸਖਤ ਪੈਂਦੀਆਂ ਮਿਹਨਤਾਂ ਤੇ ਜਿੱਤ ਕਿਸਮਤ ਵਿੱਚ ਮਿਲਦੀ ਫੇਰ। ਉਹਦੇ ਪਾਸੇ ਜੰਡੂ ਸੰਘੇ ਵਾਲਾ ਮਨ ਹੁਣ ਅਗਲੀ ਕਬੱਡੀ ਪਾਉਣ ਵਾਸਤੇ ਵਧਿਆ ਹੋਇਆ ਖੇਡ ਮੈਦਾਨ ਦੇ ਵਿੱਚ, ਕਿ ਸਾਰੇ ਚੁੱਕ ਚੁੱਕ ਦੇਖਦੇ ਸਾਡੇ ਪੱਟਾਂ ਦੇ ਵਿੱਚ ਜਾਨ, ਹੇਕਾਂ ਵਾਂਗ ਆਕਾਸ਼ ਦੇ ਸਾਡੇ ਡੌਲਿਆਂ ਵਿੱਚ ਤੂਫਾਨ, ਹੱਥ ਜਿਹੜੇ ਕੰਮ ਨੂੰ ਪਾ ਲਈਏ ਉਹਦੇ ਬਣ ਜਾਈਏ ਸੁਲਤਾਨ, ਕਿ ਬਛਵਣੀਆਂ ਸ਼ੌਂਕ ਕਬੱਡੀ ਖੇਡਣ ਦਾ ਜੋ ਸਾਡੀ ਮੁੜ ਤੋਂ ਹੈ ਜਿੰਦ ਜਾਨ। ਉਹਦੇ ਪਾਸੋਂ ਡੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖੇਡ ਮੈਦਾਨ ਦੇ ਵਿੱਚ, ਪਰ ਨਹੀਂ ਜਫਾ ਲੱਗ ਸਕਿਆ, ਮਨ ਜੰਡੂ ਸੰਘੇ ਵਾਲਾ ਆਪਣੀ ਟੀਮ ਦੇ ਖਾਤੇ ਇੱਕ ਹੋਰ ਨੰਬਰ ਦਾ ਵਾਅਦਾ ਕਰਦਾ ਹੋਇਆ, ਔਰ ਇਧਰਲੇ ਪਾਸੇ ਤਾਬਾ ਸੁਰ ਸਿੰਘ ਦੀ ਧਰਤੀ ਦਾ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਪਾਉਣ ਵਾਸਤੇ ਵਧਿਆ ਹੋਇਆ। ਕਬੱਡੀ ਹੈ ਗੱਭਰੂ ਨੇ ਖੇਡ ਮੈਦਾਨ ਦੇ ਵਿੱਚ, ਦੋਨੋਂ ਟੀਮਾਂ ਇਸ ਵੇਲੇ ਚੋਟੀ ਦੀਆਂ ਖੇਡ ਮੈਦਾਨ ਦੇ ਵਿੱਚ ਖੇਡ ਰਹੀਆਂ ਨੇ, ਦਰਸ਼ਕ ਵੀਰ ਆਨੰਦ ਮਾਰ ਰਹੇ ਨੇ ਚਲਦੇ ਹੋਏ ਇਸ ਮੈਚ ਦਾ, ਔਰ ਉਹਦੇ ਪਾਸੇ ਦੇਖੀ ਵਿਰਾਜਪੁਰ ਭਾਈਆਂ ਦੇ, ਆਓ ਤੇਜਿੰਦਰ ਸਿੰਘ ਨੇ ਕੋਸ਼ਿਸ਼ ਕੀਤੀ ਹੋਈ ਪਰ ਨੰਬਰ ਰੀਡਰ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ, ਬਹੁਤ ਸ਼ਾਨਦਾਰ ਨੰਬਰ ਇਸ ਵੇਲੇ ਸੁਰ ਸਿੰਘ ਵਾਲਾ ਦੀ ਟੀਮ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ, ਔਰ ਇਧਰਲੇ ਪਾਸੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਸਾਰੀ ਪਿੰਡ ਦਾ ਕਾਰੀ ਤੇ ਸਾਰੀ ਪਿੰਡ ਭਗਤ ਸਿੰਘ ਬੈਂਸ ਨੇ ਪੂਰੀ ਦੁਨੀਆਂ ਦੇ ਵਿੱਚ ਪ੍ਰਸਿੱਧ ਕੀਤੇ ਹੋਏ ਨੇ, ਕਦੇ ਬਾਦਲ ਦਾ ਨਾਮ ਚੱਲਦਾ, ਕਦੇ ਕਾਲੇ ਦੀ ਗੱਲ, ਕਦੇ ਲੰਬੜ ਦੀ, ਕਦੇ ਆਓ ਅੰਮ੍ਰਿਤਪਾਲ ਅੰਤਲ ਦੀ ਗੱਲ ਚੱਲਦੀ, ਤੇ ਕਦੇ ਕਹਿੰਦੇ ਵੀ ਰੂਬਲ ਖੇਡਦਾ ਨੌਜਵਾਨ, ਸਾਰੀ ਪਿੰਡ ਵਾਲਾ ਸ਼ਾਨਦਾਰ, ਪਰ ਉਹਦੇ ਪਾਸੇ ਸ਼ਾਹ ਖਵਾਸਪੁਰੀ ਹੈ, ਕੋਸ਼ਿਸ਼ ਕਰ ਰਿਹਾ ਸੀ ਖੇਡ ਮੈਦਾਨ ਦੇ ਵਿੱਚ ਡੱਕਣ ਦੇ ਲਈ, ਪਰ ਨੰਬਰ ਇਸ ਵੇਲੇ ਅੰਮ੍ਰਿਤਪਾਲ ਸਿੰਘ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜਦਾ ਹੋਇਆ। ਇਧਰ ਪਾਸੇ ਬਲਜੀਤ ਸਿੰਘ ਨੇ ਅਗਲੀ ਕਬੱਡੀ ਪਾਈ ਹੋਈ, ਕਿ ਮੁੰਡੇ ਖੇਡਣ ਪਹਿਨੇ ਲਿਸ਼ ਲਿਸ਼ ਕਰਨ ਸਰੀਰ, ਇਹਨਾਂ ਤੇ ਰੱਖਣ ਰਹਿਮਤਾਂ ਗੁਰੂ ਨਾਨਕ ਜਿਹੇ ਫਕੀਰ, ਇਹ ਪੁੱਤ ਨੇ ਉਸ ਪੰਜਾਬ ਦੇ ਜਿਹਦੇ ਵਿੱਚ ਜੰਮੀ ਹੀਰ, ਜਿੱਥੇ ਗੱਲ ਸੁਣੀ ਦੇ ਇਸ਼ਕ ਦੀ ਕਰੇ ਚਨਾ ਦਾ ਨੀਰ, ਕਿ ਸਾਧ ਐਟਮ ਫਿੱਟੇ ਸਰਬਣ ਜਹੇ ਕਰ ਗਿਆ ਕੌਡੀ ਦੀ ਅਖੀਰ। ਉਹਦੇ ਪਾਸੇ ਸੰਘਵਾਲ ਪਿੰਡ ਦਾ ਨੌਜਵਾਨ ਅਵਸਰੀ ਕੋਸ਼ਿਸ਼ ਕਰ ਰਿਹਾ ਸੀ ਡੱਕਣ ਦੇ ਲਈ, ਪਰ ਨੰਬਰ ਰੀਡਰ ਦੇ ਖਾਤੇ ਦੇ ਵਿੱਚ ਜੁੜ ਗਿਆ। ਦੋਨੋਂ ਟੀਮਾਂ ਚੋਟੀ ਦੀਆਂ ਖੇਡ ਮੈਦਾਨ ਵਿੱਚ ਖੇਡ ਰਹੀਆਂ ਨੇ। ਬਾਬਾ ਤਰਲੋਕ ਸਿੰਘ ਜੀ ਅਜਮਾਨ ਤੇ ਫਕਰ ਮਹਿਸੂਸ ਕਰ ਰਹੇ, ਹਰ ਸਾਲ ਦੀ ਤਰ੍ਹਾਂ ਵੱਡੀ ਸਰਪ੍ਰਸਤੀ ਹੈ, ਵੱਡਾ ਆਸ਼ੀਰਵਾਦ ਹੈ, ਮੈਂ ਬਾਬਾ ਜੀ ਦਾ ਵਿਸ਼ੇਸ਼ ਤੌਰ ਦੇ ਉੱਪਰ ਬਹੁਤ ਬਹੁਤ ਰਿਣੀ ਹਾਂ, ਕਿ ਹਵਾਏ ਕਰੇਗੀ ਫੈਸਲਾ ਰੋਸ਼ਨੀ ਕਾ, ਜਿਸ ਦੀਏ ਮੇਂ ਦਮ ਹੋਗਾ ਵੋ ਟਿਕ ਜਾਏਗਾ, ਕਿ ਹਵਾਏ ਕਰੇਗੀ ਫੈਸਲਾ ਰੋਸ਼ਨੀ ਕਾ, ਜਿਸ ਦੀਏ ਮੇਂ ਦਮ ਹੋਗਾ ਵੋ ਟਿਕ ਜਾਏਗਾ। ਉਹਦੇ ਪਾਸੇ ਕੋਸ਼ਿਸ਼ ਗਿੰਦਰ ਨੇ ਕੀਤੀ ਆ, ਪਰ ਆ ਫੈਸਲਾ ਰੇਡਰ ਦੇ ਹੱਕ ਦੇ ਵਿੱਚ ਹੋ ਗਿਆ, ਬਈ ਨੰਬਰ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਨਕੋਦਰ ਦੀ ਟੀਮ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ। ਮੋਠਾ ਅਗਲੀ ਕਬੱਡੀ ਪਾਉਂਦਾ ਹੋਇਆ ਤੋਤਾ ਸਿੰਘ ਵਾਲਾ ਦੀ ਧਰਤੀ ਦਾ ਨਾਮ,
खेड मैदान मोठा हरजीत बलजीत एको पिंड तीन खिलाड़ी खेड मैदान खेड रहे हैं। उस पिंड का कांता उधर पासे जफे भी भर रहा है। सो मैं फकर ते माण महसूस करते हैं खिलाड़ी दस रहे सन भी असं एको पिंड चार खिलाड़ी खेड रहे हैं खेड मैदान ये भी वड्डी देन है कबड्डी एक पिंड चार जड़े पापर खिलाड़ी माझे के मजैल खेड रहे हैं इस वे मैदान और इधर पासे देखिए पलविंदर सिंह काले संघिया की धरती का अगली कबड्डी पाँदा हो टपया इक्कीवां साल हो गया कि कद काठ मुंडे का कमाल हो गया चढ़ गई है थरी जवानी जट ते आ मुंडा पाउंदा है कबड्डी थापी माड़ पटते जिंदर कोशिश करदा हुण कदे सजे कदे खाबे हुण गल चुस्ती दी फुरती दी जुगती दी होवेगी। एक पासे पलविंदर ते दूसरे पासे जिंदर नहीं जफा ला सकिया। आ जिहड़ा नंबर है बाबा मुराद शाह कबड्डी क्लब नकोदर दी टीम दे खाते दे विच जुड़दा होया हरजीत ने अगली कबड्डी पा दित्ती खेड मैदान विच कि जेड़ा तीर निशाने खुंज जाए वो कादा हथियार उहदी जित हमेशा दोस्तों जो पहला करजे वार उधरले पासे शक्तिमान संघवाल पिंड कदे गदरी बाबियां दी गल चलदी कदे कबड्डी दे खिलाड़ियों दा कदे जगीर सिंह पहलवान दी गल हुंदी है फिर संघवाल पिंड दा नाम गूंजदा उसे पिंड दा औसनी कोशिश करा सी ढक्कण दे लई ऐसे पिंड दा राजा भी खेड़दा सुखा वधिया खेड़दा कदे बहुत वधिया सनी भी जफे लाउंदा मैदानां दे विच पर आ जिहड़ा नंबर रेडर दे खाते जुड़ गया साडा वीर योधा लखण कला पिंडों वड्डा माण मां बोली पंजाबी दे बोलां दा भेजदा गोपी थिगली वास्ते रुपिंदर जलाल वास्ते ते आलमगीर वास्ते बहुत बहुत धन्यवाद साडी योधा जी लखण उधरले पासे मन जंडू संघ दा खेड मैदान दे विच जिंदर ने कोशिश कीती है फर्स्ट टच मारिया गबरू ने और अपनी टीम दे लई एक होर नंबर दा वादा करदा होया कि डुलदे रहण पसीने चंडे हुए शरीरां चों कबड्डी खेड के जस खट्टन लोकां दीआं भीड़ां चों वजे ताड़ी लोग नजारा लैन रबा के पुत पंजाब दे विच मैदानी टैक दे रहन रबा पुत पंजाब दे विच मैदानी टैक दे रहन रबा उधरले पासे प्यारा बलेर खान पर्दा कहते भी बोले नाल कनेडा भी खेडिया आ खिडारी पर आ जिहड़ा नंबर आओ ताबा सुर सिंह दा अपनी टीम दे खाते दे विच जोड़दा होया होशियारपुरीए अंतल ने हुण अगली कबड्डी पा दित्ती खेड मैदान दे विच अमृतपाल सिंह सतविंदर पाल ढट ने कहते वड्डा खेड़ मेला करवाया मार्च के महीने के छे मार्च में कहते भी खिलाड़ी खेडिया फिर सर्वोत्तम रहा यह यादा ने छे मार्च के होशियारपुर के कबड्डी कप दियां पर उधरले पासे फिर देखे भी कांता कोशिश करता है डबल टच का फैसला हो गया होशियारपुर अंतल ने अपनी टीम के खाते के बाबा मुराद शाह कबड्डी क्लब नकोदर की टीम वास्ते एक होर नंबर जोड़ दिता है और इधरले पासे बलजीत सिंह खेड मैदान अगली कबड्डी पाउण वास्ते कि जिन्हें मेहनत कदे नहीं यारू छड़ियां अज खेड़ दे मैदान च कबड्डियां जिन्हें रोलती जवानी विच नशियां उन्होंने की खून खोने ने कि कुंडियां दे सिंह अज फसने ते अज ही नितारे होने ने उधरले पासे दे खिमी नौजवान फतेहप्रिया पम्मा कोशिश करदा खेड मैदान दे विच हुण कहिंदे वी खिलाड़ी गल्लां करदे ने वी पम्मा बड़ा चीड़ा जाफी है जो इस वेले खेड मैदान दे विच जफा भरदा होया इक दे जोर नाल कि जोर ते जवानी दोवें उमरां दी खेड इहदे विच हुंदा यारू साना वाला भेड़ इहदे विच हुंदा यारू साना वाला भेड़ फतेहप्रिया पम्मा ला के जफा अपनी टीम के खाते दे विच नंबर जोड़दा होया बलेर खान प्रिया अगली कबड्डी पाउंदा हुण खेड़ मैदान दे विच कहिंदे भी हैप्पी बलेर खान प्रिया भी वधिया खेड़दा है बोला जाफियां दे तौर ते प्यारा जाफियां दे तौर ते बड़ा प्रसिद्ध है पर आ खिलाड़ी हुण गुगू बलेर खान प्रिया अगली जो कबड्डी खेड़ मैदान दे विच पाउण वास्ते वधिया होया उधरे पासे शानदार कोशिश कर दी है जफा लाने के लिए गल मुश्किल होंगी हुई बहुत जीदारी कहते भी हम कांता तोता सिंह वाला भी धरती का इस वे खेड मैदान पूरी कोशिश करता है पूरी जदोजहद इस वे चल रही है खिलाड़ियों के दरम्यान नंबर इस वे जाफी के खाते अद्धा समा भी खत्म हो गया चलते हुए इस मैच का सो अगले मैच दोनों टीम जो पहला सैमीफाइनल खेडा जाएगा फर्स्ट सैमीफाइनल दोनों टीम तैयारी करके बिना किसी देरी तो खेड मैदान के बारे दायर के कोल आ जाए। हैलो हाफ टाइम तक अगे रही टीम बाबा मुराद शाह नकोदर 14 पॉइंट ने इन्हां दे 14.5 8 पॉइंट सुर सिंह वाला पछड़ दी हुई टीम 14.5 पॉइंट बाबा मुराद शाह नकोदर अजी वधिया मैच चल रहा खेड मैदान दे विच दर्शक भीर आनंद मार रहे ने चलदे इस मैच दा आए हुए दर्शकों का बहुत ही अदब ते सत्कार योग बाबा त्रिलोक सिंह जी वालों बहुत बहुत स्वागत किया जा रहा है सो बहुत बहुत धन्यवाद जो सवेर तो जुड़े हुए ने इस खेड मैदान के सारे दर्शकों का कबड्डी के प्रेमियों का बाबा जी वालों इतने पहुंचने बहुत बहुत जी आए हैं सो बेनती है भी फर्स्ट सैमीफाइनल दीमों वास्ते
कॉल की जा रही है माइक तो कि जल्द तैयारी करके मैदान के पहला जो सैमीफाइनल खेडिया जाएगा जल्द जो टीम तैयारी करके खेड मैदान के कल करतारपुर की धरती से खेड मेला शुरू किया जा रहा है जिते मथेदार रणजीत सिंह कालू साहब होना की वड्डी अगवाई होगी पिंड पद्धर दीम खेडनगियां दो खिलाड़ी हरेक टीम बारे खेडे 31,000 से 25,000 रुपए के वे मान सम्मान और फिर हेलो साइड नहीं चेंज की नहीं सर नहीं जी उधरे पासे गिंदर कोशिश करता है पलविंदर की कबड्डी से गिंदर का जफा पर नहीं जफा ला सकिया नौजवान कि जे कैंचियां खा करो हमें पर फैलाने से हम डीएवी कॉलेज जलंधर बाबा दीप सिंह कबड्डी क्लब पाइए दोनों टीम तैयार समय का सदुपयोग हो सके डीएवी कॉलेज जलंधर बाबा दीप सिंह क्लब अजे दोनों टीमों कॉल की गई है भी जल्द टीम आने अगले मैच दी और मोठा खेड मैदान इधले पासे देखिए भी बांटी खेड मैदान फराने की पूरी कोशिश करता हुआ पर आ जिहड़ा नंबर रेडर दे खाते जतेंद्र सिंह नाम है इस खिडारी का पर बांटी करके दुनिया जानती इस खिडारी नो नंबर रेडर दे खाते दे जुड़दा हुआ और इधर पासे देखिए भी बलेर खान प्रिया अगली कबड्डी खेड मैदान वखरे अंदाज दे नाल पाई हुई कबड्डी है गबरू ने खेड मैदान उधरे पासे आप देखेंगे भी गेंद्र भी एन पूरी तैयारी दे विच है पर उधरे पासे गुरजीत सिंह कोशिश करता है गुट फड़दा खेड मैदान दे विच कि वैदा मेरी पड़ दे तेनू रोग दी समझ नहीं वैदा मेरी बांह छड़ दे नंबर रीडर दे खाते दे विच जुड़दा होया बहुत रोचक मैच खेड मैदान दे विच इस वेले दोनों टीमों के दरम्यान चलता होया हरजीत ने खेड मैदान दे विच अगली कबड्डी पा दित्ती है कि नहीं मुल पैंदा कारतूस चलेगा कि कौडी लख लख दी जफा कल्ले कल्ले दा लख लख दी जफा कल्ले कल्ले दा एक पासे बलेर खान प्रिया पर आ देखी भी कोना आखदे ने प्यार दे नाल इस जाफी नूं जिसने कोशिश की पर उधले पासे डबल टच दा फैसला किया जा रहा है भाई नंबर इस वेले सुर सिंह वाला दी टीम दे खाते दे विच जुड़दा होया होशियार प्रिया अंतल अगली कबड्डी पाउण वास्ते वध्या होया खेड मैदान दे विच कि दो पैर घट तुरना पर तुरना मटक दे नाल कि दो पैर घट तुरना मटक दी ही तोर है गबरू दी खेड मैदान दे विच चार जाफियां दे उपर हुण हमला बोल दिता इस खिडारी ने और उधले पास हुण देखे भी शानदार कांता करू कोशिश खेड मैदान दे विच पर आ देखे भी गुरजीत सिंह पूरी कोशिश करदा होया सुर सिंह दी धरती दा इस वेले गुरजीत सुर सिंह वाला किद भी ताबा ते सुर सिंह दा गुरजीत दोनों खिडारी शानदार खेडदे हुए इस वेले खेड मैदान दे विच ताबे ने कबड्डी पा दी है खेड मैदान इस खिडारी कौन डकूगा भले इस वे प्यारा उधले पासे अब बांटी भी एन कनिया के उपर तैयार ने मानी भेटा वाला दो नंबर से आओ देखिए भी मानी ने कोशिश की हुई सुर सिंह का और ताबा अपनी टीम के खाते दे विच एक नंबर का वादा करता हुआ बहुत रोचक मैच और दर्शक वीर वधिया आनंद माणते हुए कि गो दायरे च गभरू ने फबदे शट में शरीर यारू किन्ने सोहे कई पट उत्ते थापी मार नंबर लियांदे ने कई हथ ला के यारू हवा बन जांदे ने कई तुरदे ने जिवें करदा कोई घोड़े की सवारी मित्रो आपो अपने अंदाज विच खेडदे कबड्डी दे खिडारी मित्रो आओ देखा भी हुण शानदार जफा खेड मैदान दे विच लगदा होया बलविंदर ने पाई हुई कबड्डी तोता सिंह वाला हुण देखी भी कांता कर कोशिश अपनी टीम दे खाते दे विच नंबर जुड़ गया बहुत शानदार नंबर जो है जाफी दे खाते सुर सिंह वाला दी टीम दे खाते दे विच नंबर जुड़दा होया खेड मैदान के गुंदे हुए मसलां च ना वाधू मास दिसदा के खादा होया घिओ यारो पसीने राही रिसदा बलेर खान प्रिया एक पासे ते उधले पासे देखी भी आओ प्यारे दे नाल टच मारिया होया और नंबर इस वेले रेडर के खाते दे विच जुड़दा होया एक पौंदा रेड एक जफा लाउंदा है तक तक लोगों नजारा आता है अज देश समा खेड नो मिलता है शुमार मित्रो वली पुत मामा दे कबड्डी खेड के बन जाते ने सुपरस्टार मित्रो सुपरस्टारां दी खेड खेडी जा रही है बाबा जी दे बहुत वड्डे आशीर्वाद दे नाल उहनां दी वड्डी सरप्रस्ती हर साल दी तरह खेड मैदान दे विच है उधरे पासे कोशिश देखी भी कीती जा रही है पर आ जिहड़ा नौजवान गुगू बलेर खान प्रिया अपनी टीम दे खाते दे विच नंबर जोड़दा होया हरजीत पाउण वास्ते वधिया होया भेटा वाला हुण देखी भी मानी एक पासे है और बांटी
एक पासे हुण ऐन पूरी तैयारी की हुई पम्मे ने फिर कोशिश कर दी खेड मैदान जीदारी है पम्मे की फतेहपुर पिंड नौजवान का बहुत वधिया डफा भरता हुआ कोई फतेहपुरी आखदा है कोई पांसले वाला आखदा इस नौजवान पर इधरले पासे नाप तोल के की फैसले की जा रहे ने बई नंबर रेडर के खाते इस वे नंबर सुर सिंह वाला टीम के खाते जुड़ता हुआ यह रोचक मुकाबला अगले मैच दिया भी पहले सैमीफाइनल जिहड़ियां टीमां ने वो जल्द तो जल्द तैयारी करके खेड मैदान आ जाए सैमीफाइनल मैच होगा टीम जल्द आओ अगले पासे अंतल खेड मैदान अमृतपाल सिंह सारी पिंड वाला खेड मैदान कबड्डी पाता हुआ और उधरले पासे भी कोशिश की गई है पर लाइन टच का इशारा हो चुका भी नंबर रेडर के खाते बाबा मुराद शाह कबड्डी क्लब नकोदर की टीम के खाते दे एक होर नंबर जुड़ता हुआ अगले पासे ताबा सुर सिंह खेड मैदान अगली जो कबड्डी पाने वास्ते वध्या होया इस खिलाड़ी दे नाल कौन करेगा दो हथ एक पासे हुण देखिए मानी भेटां दा बहुत वधिया शानदार जाफी पर इधरले पासे बलेर खान प्रिया प्यारा डकदा खेड मैदान दे विच मेणो मेणी हुंदी जवानी खेड मैदान दे विच पर आओ देखिए भी ताबा सुर सिंह दा अपनी टीम दे खाते दे विच एक होर नंबर जोड़दा होया अगली कबड्डी बलेर खान प्रिय गुगू के हिस्से दे विच आई होई आपो अपनी वारी सिर कबड्डियां पौंदे होए खिलाड़ी शानदार अंदाज दे नाल डीएवी कॉलेज जलंधर बाबा दीप सिंह कबड्डी क्लब भाई दोनों टीम ग्राउंड च आ जा उधरले पासे फिर देखी भी नौजवान गिंदर कोशिश करता खेड मैदान डकन दे पर फैसला हो गया भाई नंबर रेडर के खाते भी जुड़ता हुआ कि जे कैंचियां खाक रोकेगी हमें पर फैलाने से हम हौसलों से उड़ा करते हैं हम हौसलों से उड़ा करते हैं हैदरे पासे अगली कबड्डी फिर देखी भी मोठे दी मोठा खेड मैदान अगली कबड्डी पाउण वास्ते वध्या होया बहुत जीदारी देखी भी धावा बोलिया होया गबरू ने खेड मैदान उधरे पासे पामा फतेहपुरी खेड मैदान गुट फड़दा कैंची मारदा खेड मैदान नहीं ओड़ी सा और नंबर इस वेले तोता सिंह वाला दा और नौजवान मोठा अपनी टीम के खाते जोड़ता होया अगले पासे आप फिर अमृतपाल की कबड्डी की गल करिए खेड मैदान भी हौसले दे जीदारी आत्मविश्वास के खेड मैदान खेड़ा आ खिडारी उधरे पासे हुण चार जाफी माझे दे तैयार ने वधिया मैच चलता हुआ दोनों टीमों के दरम्यान और हुशियारपुरी की कबड्डी खेड मैदान पई हुई गुरजीत सिंह ने कोशिश कर दी खेड मैदान बहुत जीदारी जफा नौजवान ने भरिया होया समा बीतता हुआ 30 सैकंड का कि जिंदगी सजना लंघ जानी है लंघन जिवें तरीका मौत किसी की उम्र ना वेंदी ते वक्त ना करे उड़ीक समय की पाबंद मां खेड कबड्डी कौडियां तो लखां दे विच करोड़ां दे विच गल की जाती है मां खेड कबड्डी की इधरे पासे हुण ताबा सुर सिंह वाला खेड मैदान अगली कबड्डी पाउण वास्ते वध्या होया बांटी कोशिश करता खेड मैदान हुशियारपुरी राजपुर भाइया पिंड है सनडबंद हरखोवाल के अत्तोवाल के बिल्कुल लागे करके तलुली के एरिए का आ खिलाड़ी देखी भी बांटी नहीं जफा ला सकिया नंबर इस वे रेडर के खाते आओ सुर सिंह का नौजवान अपनी टीम के खाते नंबर जोड़ता हुआ मान जंडू सिंह खेड मैदान हुण रेड पाई हुई कि करके याद गुरां नूं रेडर दिंदे मत्था टेक उधरले पासे भी नौजवान कांता कोशिश करदा होया जफा लाउण दे लई पर अज जिहड़ा नंबर है रेडर दे खाते दे विच जुड़दा होया अगली कबड्डी हरजीत सिंह दे हिस्से दे विच आ और चार जाफी इस वेले दुआबे दे बिल्कुल माझे दा नौजवान खेड मैदान कबड्डी पाउंदा होया और चार दुआबीए बिल्कुल तैयार बर तैयार ने भई देखांगे किहड़ा खिडारी डक लैण दी करे कोशिश नौजवान उधरले पासे बांटी ने फिर कोशिश की हुई है कि फैसले होंगे ने भी नंबर इस वेले जाफी के खाते बाबा मुराद शाह कबड्डी क्लब नकोदर की टीम के खाते दे विच एक होर नंबर का वाधा हो चुका है कि लख लख मुल पैंदा कली कली रेड़दा जी जिंद नाल यारू जेड़ा है कबड्डी खेड़दा जी जिंद नाल यारू जेड़ा है कबड्डी खेड़दा यह खिडारी जीदारी दे नाल खेड़दे होए इस वेले खेड मैदान दे विच बलेर खान पर ये कबड्डी पै चुकी है खेड मैदान भी बलेर खान पर काला संघ भेटा नगर जेड़े ने जा फिर सुनण वाल एक एरिए कहते भी खिलाड़ी वधिया खेड के मैदान और इधरले पासे नौजवान बलजीत सिंह
अगली कबड्डी पावेगा खेड मैदान के डौलिया च जान चाहीदी औखा हुंदा जाफियां ते टच मारना हलाउणी पैंदी कदमां दे नाल धरती रख हौसला पैंदा है मैदान विच वड़ना कि जिहदी छाती विच दम उही योधा अणख नाल ललकारदा कि सौखी नहीं शेरां वांगू चाल तुरने मैदानां विच थापी सूरमा ही मारदा एक पासे बलजीत है ते दूसरे पासे भेटां वाला मानी हुण कोशिश करदा खेड मैदान विच डिक्कण दे लई कि भीड़ी गली विच हो गया टाकरे औखड़ गया बाहों फड़ के भज जावे मित्रा हुण टकुए ते टकुआ खड़ के भज जावे मित्रा उधरे पासे मानी भेटां दा हुण देखदे आ डकदा होया बहुत जीदारी दे आत्म विश्वास दे नाल नौजवान ने जफ वाला अपनी टीम दे खाते नंबर जोड़ दिता है इस दे नाल मैच समाप्त हो चुका है और अगले मैच दी टीम चलदा मैदान दे विच हाजिर हुण डीएवी कॉलेज जलंधर बाबा दीप सिंह कबड्डी क्लब दोनों टीमां आ जाण। हाँ जी बहुत ही रोचक मुकाबला होया है साढ़े 23 पॉइंट बाबा मुराद शाह नकोदर ये टीम जेतू रही है दूजी टीम दे 19 पॉइंट ने सुर सिंह वाला जेतू रही टीम बाबा मुराद शाह नकोदर साढ़े 23 पॉइंट। हाँ जी पहले सैमीफाइनल दी टीमां नूं सद्दा दित्ता जा रहा है भी जल्द तैयार होके मैदान दे विच आउण क्योंकि चलदा मैच जिहड़ा समाप्त हो चुका है सो जल्द तो जल्द मेहरबानी करके अगले मैच दी दोनों टीमां तैयारी करके मैदान दे विच आउण। साडा योधा वीर लखन कलां तो मां बोली पंजाबी दे बोलां दा वड्डा मान 500 रुपए दा करदे ने गोपी वास्ते ते रुपिंदर जलाल वास्ते 500 रुपए दे मान सम्मान भेजदे ने साडा योधा वीर लखन कलां तो बहुत बहुत धन्यवाद। ਬਈ ਪਹਿਲੇ ਸੈਮੀਫਾਈਨਲ ਦੀ ਟੀਮਾਂ ਹੁਣ ਗੋਪੀ ਥਿਕਲੀ ਜੀ ਮਾਈਕ ਦੇ ਉੱਪਰ ਆਉਣਗੇ ਮਿਹਰਬਾਨੀ ਕਰਕੇ ਲੈ 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 सर एक कबड्डी के स्टारां दा धन्नवाद है संत बाबा तरलोक सिंह जी वड्डे वड्डे मान सम्मान कल विसाखी दा वड्डा कबड्डी कप आलमगीर कबड्डी कमांडर नूं मोटरसाइकिल दित्ता जाएगा मोहन सिंह जी हेलर जो इटली दे महान कबड्डी प्रमोटर ने उन्हां वल्लों आलमगीर नूं कल मोटरसाइकिल दित्ता जाएगा। इधरले पासे ताऊ दे सत्कारी योग ਬੇਦਾ ਜੀ ਮਾਂਗੇ ਵਾਲੀ ਉਹ ਸਰਦਾਰ ਜੋਗਾ ਸਿੰਘ ਜੀ ਸਾਡੇ ਕੋਲ ਪੁੰਜੇ ਹੋਏ ਨੇ ਬਾਤ ਬਾਤ ਧੰਨਵਾਦ ਹੈ ਤਾਓ
हले इधर दे पासे याद एंटरटेनमेंट दयालपुर वाले वड्डिया सेवावां ने डीएवी क्लब जलंधर बाबा दीप सिंह कबड्डी क्लब तोता सिंह वाला जल्दी तो जल्दी पहला सैमी खेडण लई जल्दी ग्राउंड दे विच पहुंचण साडे इलेक्ट्रॉनिक मीडिया दा वड्डा सहयोग है बाद बाद धन्नवाद कीता जा रहा है इलेक्ट्रॉनिक मीडिया दा सारे पत्रकारां दा वड्डे सहयोग दे नाल वड्डा माण अजमेर चाना जी अपरे वाले कदे एनआरआई मंडी दे कोच भी मन्ने गए ने। हां जी सुखा जी पहले सेमीफाइनल जल्दी टीम ग्राउंड दे विच पहुंचदियां कर दिए डीएवी क्लब जलंधर ते नाल बेनती कर दिए बाबा दीप सिंह कबड्डी क्लब तोता सिंह वाला त्रिलोक मल्ली जी हैप्पी पंट सिद्धवा दोना दे परमजीत सिंह जी टेबा मास्टर कलदीप जी ते साडे सतनाम सिंह जी अर्जना अवार्डी सतनाम जी अर्जना अवार्डी दा वड्डा मान तुहानो दित्ता गया आलमगीर जी तुहाडे वाल वधाइयां जिहड़ियां कल नूं दित्तियां जाणगियां कल मोटरसाइकिल दीआं चाबियां जिहड़ियां तुहानो दित्तियां जाणगियां विसाखी दा वड्डा कबड्डी कप मोहन सिंह जी हेलर जिथे कहिंदे वी इटली दे प्रमोटरां वल्लों आलमगीर नूं मोटरसाइकिल दिता जाएगा कल की गल कदों ढिलमां दा खेड मेला।